ਕਦੀ ਇਹ ਜਿਹੜੇ ਸੁਖਬੀਰ ਬਾਦਲ ਹੋਣ, ਕੈਪਟਨ ਅਮਰਿੰਦਰ ਸਿੰਘ ਹੋਣ, ਅੱਜ ਤੱਕ ਇਹ ਕਦੀ ਸੀਰੀਅਸ ਹੋਏ ਨਹੀਂ। ਇਹਨਾਂ ਨੂੰ ਕਦੀ ਕਿਸੇ ਨੇ ਪੁੱਛਿਆ, ਇੱਕ ਵੀਡੀਓ ਛੋਟੀ ਜਿਹੀ ਵਾਇਰਲ ਹੋਈ ਸੀ, ਕਿਸੇ ਨੇ ਪੁੱਛਿਆ ਕਿ ਕੋਲਾ ਜੀ ਸਾਨੂੰ ਪਤਾ ਲੱਗਾ ਜੀ ਕੋਲਾ ਖਤਮ ਹੋ ਗਿਆ, ਅਤੇ ਹੁਣ ਇੱਕ ਸੰਜੀਦਾ ਸਿਆਸਤਦਾਨ ਦਾ ਜਿਹੜਾ ਬਿਆਨ ਹੋਣਾ ਚਾਹੀਦਾ ਹੈ ਕਿ ਦੇਖੋ ਸਾਡੇ ਕੋਲ ਕੋਈ ਐਸੀ ਰਿਪੋਰਟ ਨਹੀਂ ਪਹੁੰਚੀ ਜੀ, ਸਾਡੇ ਡੈਸਕ 'ਤੇ ਕੋਈ ਕੰਪਲੇਂਟ ਨਹੀਂ ਆਈ, ਜੇ ਤੁਹਾਡੇ ਕੋਲ ਕੋਈ ਅੰਕੜੇ ਨੇ ਤੁਸੀਂ ਸਾਡੇ ਦਫ਼ਤਰ ਪੁੱਜਦਾ ਕਰ ਦਿਓ। ਰਿਪੋਰਟ ਨੇ ਅਸਲ ਜਵਾਬ ਇਹ ਸੀ, ਉਹ ਤੈਨੂੰ ਕਹਿੰਦਾ ਕੌਣ ਕਹਿੰਦਾ ਕੋਲਾ ਮੁੱਕ ਗਿਆ, ਚਾਹੀਦਾ ਹੋਇਆ ਤਾਂ ਘਰੋਂ ਲੈ ਜੀ। ਅਤੇ ਜਗੀਰ ਕੌਰ ਹੁਣਿਆਂ ਨੂੰ ਉਹਨਾਂ ਨੂੰ ਕਿਸੇ ਦੀ ਮਰਗ 'ਤੇ ਗਏ ਨੇ, ਉੱਥੇ ਉਹ ਵੀਡੀਓ ਦੇ ਵਿੱਚ ਹੱਸ ਰਹੇ ਨੇ ਕਿ ਇਹਨਾਂ ਦਾ ਬੰਦਾ ਮਰ ਗਿਆ, ਇਹਨਾਂ ਨੂੰ 1,00,000 ਰੁਪਇਆ ਮਿਲ ਗਿਆ, ਚੰਗਾ ਹੋਇਆ, ਪਹਿਲਾਂ ਤਾਂ 200 ਰੁਪਇਆ ਕਮਾਉਂਦਾ ਸੀ, ਇਹ ਤਾਂ ਕਹਿੰਦੇ ਹੁਣ ਸਾਡਾ ਇੱਕ ਹੋਰ ਮਰ ਜਾਵੇ। ਸੰਸਦ ਦੇ ਵਿੱਚ ਵੋਟਿੰਗ ਹੋਈ ਸੀ ਅਤੇ ਮੈਂ ਉਹਦੇ ਹੱਕ ਦੇ ਵਿੱਚ ਅਗੇਂਸਟ ਵੋਟ ਪਾ ਕੇ ਆਇਆ ਖੇਤੀ ਆਰਡੀਨੈਂਸ ਬਿੱਲ ਦੇ। ਸੁਖਬੀਰ ਬਾਦਲ ਕਹਿ ਰਹੇ ਨੇ, ਭਗਵੰਤ ਮਾਨ ਅੰਦਰ ਬੈਠੇ ਕਹਿ ਰਹੇ ਨੇ ਵੋਟਿੰਗ ਹੋਈ ਹੀ ਨਹੀਂ, ਅਤੇ ਇਹੋ ਜਿਹੇ ਮਸਲਿਆਂ ਦੇ ਵਿੱਚ ਵੀ ਸਾਨੂੰ ਉਲਝਾਇਆ ਜਾ ਰਿਹਾ। ਅਤੇ ਹੁਣ ਵੀ ਮੌਕਾ ਨਾਲੇ ਹੈ ਵੀ ਉਹਨਾਂ ਦੀ ਐਂਟੀ ਪਾਰਟੀ ਜਿਹਨੇ ਫੈਸਲਾ ਲਿਆਂਦਾ, ਅਤੇ ਹੁਣ ਸਿੱਧੂ ਸਾਹਿਬ ਕਾਹਤੋਂ ਘੋਰਨੇ 'ਚ ਬੜੇ ਬੈਠੇ ਨੇ, ਕੀ ਚਾਹੁੰਦੇ ਹੋਣਗੇ ਉਹ? ਕਿਸਾਨਾਂ ਦੇ ਲਈ ਸਿੱਧੂ ਸਾਹਿਬ ਨੂੰ ਖੜ੍ਹਨਾ ਨਹੀਂ ਚਾਹੀਦਾ, ਕਿਉਂਕਿ ਨੌਜਵਾਨਾਂ ਦੀ ਜਿਹੜੀ ਸ਼ਮੂਲੀਅਤ ਆ ਬਹੁਤ, ਕਹਿੰਦੇ ਨੌਜਵਾਨ ਤਖ਼ਤ 'ਤੇ ਪਲਟ ਦਿੰਦੇ ਹੁੰਦੇ, ਪਰ ਸਾਡੇ ਨੌਜਵਾਨ ਤਾਂ ਜੀ ਗੁਸਤਾਖ ਜੀ ਕਲਾਕਾਰਾਂ ਦੇ ਵਿੱਚ ਰੁੱਝੇ ਹੋਏ। ਇਹ ਜਿਹੜੇ ਗਾਇਕ ਨੇ ਇਹਨਾਂ ਨੂੰ ਇਸ ਵੇਲੇ ਮੈਦਾਨ 'ਚ ਉਤਰਨ ਦੀ ਲੋੜ ਹੈ, ਤਾਂ ਕਿ ਜੇ ਤੁਸੀਂ ਸਰਕਾਰ ਲਈ ਭੀੜ ਇਕੱਤਰ ਕੀਤੀ ਆ, ਅੱਜ ਕਿਸਾਨਾਂ ਲਈ ਵੀ ਭੀੜ ਇਕੱਤਰ ਕਰੋ, ਅੱਜ ਰੋਡ ਜਾਮ ਕਰੋ, ਤੁਹਾਡੇ ਨਾਲ ਤੇ ਇੰਨੇ ਲੋਕ ਇਕੱਠੇ ਹੋ ਜਾਂਦੇ ਨੇ, ਤਾਂ ਤੁਹਾਨੂੰ ਆਉਣਾ ਬਣਦਾ, ਕਿਸਾਨਾਂ ਦੇ ਬੱਚੇ ਹੋ ਤੁਸੀਂ। ਇਸੇ ਤਰ੍ਹਾਂ ਗਾਇਕਾਂ ਦੇ ਪਿੱਛੇ ਲੜਦੇ ਰਹੇ ਕਿ ਹਾਂ ਜੀ ਮੇਰਾ ਫਲਾਣਾ ਗਾਇਕ ਮੇਰਾ ਫੇਵਰੇਟ ਆ, ਵੀ ਗਾਉਣ ਵਾਲਾ ਕਿਤੇ ਬੈਠਾ ਉਹਦਾ ਰੁਜ਼ਗਾਰ ਹੈ, ਉਹ ਤਾਂ ਗਾ ਹੀ ਰਿਹਾ, ਉਹਨੇ ਤਾਂ 2 ਮਿੰਟ ਦੀ ਵੀਡੀਓ ਪਾਈ ਆ ਕਿ ਇੰਝ ਏਸੀ ਕਮਰੇ 'ਚ ਬੈਠੇ ਨੇ ਕਿ ਇਹਨੂੰ ਇੰਝ ਠੋਕ ਦਿਓ ਵੀ ਮੇਰੇ ਜਿਹੜੇ ਫੈਨਾਂ ਨੂੰ ਠੋਕ ਦਿਓ। ਉਹ ਬਜ਼ੁਰਗਾਂ ਦੇ ਜਿਹੜੀਆਂ ਲੱਤਾਂ ਘੜੀਸ ਘੜੀਸ ਕੇ ਅੱਜ ਤੱਕ ਸੰਘਰਸ਼ਾਂ 'ਤੇ ਪਹੁੰਚੇ ਨੇ, ਅੱਜ ਤੱਕ ਸਰਕਾਰਾਂ ਤੋਂ ਬਹੁਤ ਜਿੱਤਾਂ ਵੀ ਪ੍ਰਾਪਤ ਕੀਤੀਆਂ ਉਹਨਾਂ ਨੇ, ਬੜੇ ਮੋਰਚੇ ਲਾਏ, ਸਰਕਾਰਾਂ ਨੂੰ ਪਤਾ ਵੀ ਲਵਾਇਆ, ਬੜਾ ਕੁਛ ਲਵਾਇਆ, ਪਰ ਆਹ ਜਿਹੜੀ ਸਰਕਾਰ ਆਈ ਹੈ ਨਾ, ਇਹਦੀ ਕੰਨ 'ਤੇ ਜੂ ਨਹੀਂ ਸਰਕਦੀ। ਅੱਜ ਤਾਂ ਤੁਹਾਡੇ ਟਰੈਕਟਰ ਜਿਹੜੇ ਆ ਉਹ ਕਿਸਾਨਾਂ ਦੇ ਟਰੈਕਟਰ ਜਿਹੜੇ ਉਹ ਲੈ ਜਾਂਦੇ ਨੇ, ਕੋਈ ਵੀ ਲਿਮਿਟ ਟੁੱਟ ਗਈ ਆ ਜੀ ਟਰੈਕਟਰ ਲੈ ਗਏ, ਉਹ ਹੌਲੀ ਹੌਲੀ ਉਹ ਤੁਹਾਡੀ ਜ਼ਮੀਨ ਦੇ ਉੱਤੇ ਜ਼ਮੀਨਾਂ ਲੈ ਜਾਣਗੇ। ਉਹ ਤਾਂ ਅੱਜ ਕੱਲ੍ਹ ਜਿਵੇਂ ਵੋਟਰ ਹੁੰਦਾ ਨਾ, ਉਹ ਤੜਫ ਰਿਹਾ, ਉਹ ਕਹਿੰਦੇ ਕਿੱਧਰ ਨੂੰ ਜਾਵਾਂ, ਬਸ ਕੁਛ ਨਾ ਕੁਛ ਮਿਲ ਜੇ ਮੈਨੂੰ, ਵੀ ਜਿੱਧਰ ਨੂੰ ਮੈਂ ਜਿੱਥੇ ਮੈਂ ਭਰੋਸੇ ਨਹੀਂ, ਤਾਂ ਹੱਥ ਖੜ੍ਹੇ ਕਰਵਾਏ ਪਏ ਨੇ ਸਾਰੇ ਲੀਡਰਾਂ ਦੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪਾਲ ਸਿੰਘ ਬਰਾੜ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਸਤਾਖ਼ ਜ਼ੇਹਨ। ਦੋਸਤੋ, ਖੇਤੀ ਆਰਡੀਨੈਂਸ ਦੇ ਜਿਹੜੇ ਬਿੱਲ ਲਿਆਂਦੇ ਗਏ ਨੇ, ਉਹਨਾਂ ਦਾ ਸਾਰੇ ਦੇਸ਼ ਦੇ ਵਿੱਚ, ਖਾਸ ਕਰਕੇ ਜੇ ਅਸੀਂ ਪੰਜਾਬ 'ਚ ਬੈਠੇ ਤਾਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਜਿਹੜਾ ਵਿਰੋਧ ਹੋ ਰਿਹਾ ਉਸ ਮਾਮਲੇ 'ਤੇ, ਅੱਜ ਅਸੀਂ ਸਾਡੇ ਦੂਸਰਾ ਪੱਖ ਸ਼ੋਅ ਜੋ ਅਸੀਂ ਹਰ ਹਫ਼ਤੇ ਤੁਹਾਡੇ ਸਾਹਮਣੇ ਲੈ ਕੇ ਪੇਸ਼ ਹੁੰਦੇ ਹਾਂ, ਉਸ ਇਸ ਸ਼ੋਅ ਦੇ ਵਿੱਚ ਅੱਜ ਅਸੀਂ ਉਸ ਮਾਮਲੇ ਬਾਰੇ ਗੱਲ ਕਰਾਂਗੇ। ਮਾਮਲਾ ਕਾਫੀ ਗੰਭੀਰ ਹੈ, ਕਿਉਂਕਿ ਲੋਕਾਂ ਦਾ ਕਹਿਣਾ, ਵਿਰੋਧ ਕਰਨ ਵਾਲੇ ਲੋਕਾਂ ਦਾ ਕਹਿਣਾ, ਕਿਸਾਨਾਂ ਦਾ ਕਹਿਣਾ ਕਿ ਸਾਡੇ ਵਾਸਤੇ ਇਹ ਇੱਕ ਬਹੁਤ ਵੱਡੀ ਮਾਰੂ ਨੀਤੀ ਹੈ, ਵੀ ਕਿਸਾਨ ਜਿਹੜੇ ਹੈ, ਕਈ ਲੋਕ ਕਹਿੰਦੇ ਨੇ ਵੀ ਕਿਸਾਨਾਂ ਨੂੰ ਕਰੋਨਾ ਦੇ ਵਿੱਚ ਬਹੁਤ ਘੱਟ, ਆਮ ਦੂਜੇ ਵਪਾਰੀ ਵਰਗ ਨਾਲੋਂ ਜਿਹੜਾ ਘਾਟਾ ਪਿਆ ਕਿਸਾਨਾਂ ਨੂੰ, ਘੱਟ ਪਿਆ, ਕਿਉਂਕਿ ਕਿਸਾਨਾਂ ਨੇ ਘਰੇ ਖਾ ਪੀ ਲੈਣਾ ਹੁੰਦਾ ਹੈ ਨਾ ਆਪਦਾ, ਹੈ ਨਾ, ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਸਰਕਾਰ ਤੋਂ ਇਹ ਚੀਜ਼ ਜਰੀ ਨਹੀਂ ਜਾਂਦੀ, ਪਰ ਕਿਸਾਨਾਂ ਦਾ ਕਹਿਣਾ ਕਿ ਸਰਕਾਰ ਹੈ ਜਿਹੜੀ ਉਹ ਸਾਨੂੰ ਮਾਰਨ 'ਤੇ ਤੁਲੀ ਹੋਈ ਹੈ, ਕਾਰਪੋਰੇਟ ਘਰਾਣਿਆਂ ਨੂੰ ਇਹਨਾਂ ਨੇ ਜਿਉਂਦਾ ਰੱਖਣਾ, ਬਾਕੀ ਸਾਰੇ ਕਿਸਾਨਾਂ ਨੂੰ ਮਾਰ ਕੇ ਉਹਨਾਂ ਨੂੰ ਹੀ ਸਭ ਕੁਛ ਦੇਣਾ ਚਾਹੁੰਦੇ ਨੇ, ਸਰਕਾਰਾਂ ਇਹ ਦੇਣਾ ਚਾਹੁੰਦੀਆਂ ਨੇ। ਗੁਸਤਾਖ਼ ਜੀ, ਦੇਖੋ ਬੜਾ ਗੰਭੀਰ ਮਸਲਾ ਹੈ ਨਾ, ਔਰ ਪਹਿਲੀ ਵਾਰੀ ਇਹ ਗੱਲ ਚੰਗੀ ਵੀ ਦੇਖਣ 'ਚ ਆਈ ਹੈ ਕਿ ਬਹੁਤ ਵਾਰੀ ਸਾਡੇ ਬਜ਼ੁਰਗਾਂ ਨੇ ਇੰਨੇ ਇੰਨੇ ਵੱਡੇ ਸੰਘਰਸ਼ ਲੜ ਲਏ, ਬਹੁਤ ਅੱਜ ਤੱਕ ਉਹਨਾਂ ਨੇ ਗੋਡੇ ਘਸਾਲੇ, ਮੈਂ ਕੱਲ੍ਹ ਵੀ ਕਵਰ ਕਰਨ ਗਿਆ ਸੀ ਤਾਂ ਚਿੱਟੀਆਂ ਦਾੜੀਆਂ ਦੇ 90-95 ਸਾਲ ਦੇ ਬਜ਼ੁਰਗ ਜਿਹੜੇ ਸੰਘਰਸ਼ ਲੜ ਰਹੇ ਸੀ, ਪਰ ਇਸ ਵਾਰੀ ਪਹਿਲੀ ਵਾਰੀ ਇੱਦਾਂ ਹੋਇਆ ਵੀ ਨੌਜਵਾਨ ਵੀ ਇਹਦੇ ਵਿੱਚ ਜੁੜ ਰਹੇ ਆ। ਪਹਿਲਾਂ ਮੈਂ ਚਾਹੁੰਦਾ ਵੀ ਆਪਾਂ ਦਰਸ਼ਕਾਂ ਨੂੰ ਇਹ ਦੱਸ ਦਈਏ ਵੀ ਜਿਹੜੇ ਆਰਡੀਨੈਂਸ ਨੇ ਉਹ ਹੈ ਕੀ ਨੇ। ਬਿਲਕੁਲ ਬਿਲਕੁਲ, ਇਹਦੇ ਬਾਰੇ ਪਹਿਲੀ ਜਾਣਕਾਰੀ ਸਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਹੈ ਕਿ ਬਹੁਤੀ ਵਾਰਾਂ ਕੀ ਹੁੰਦਾ ਹੈ ਕਿ ਜਿਹੜੀ ਮਿਸ ਇਨਫੋਰਮੇਸ਼ਨ ਹੈ ਨਾ, ਕਈ ਵਾਰ ਜਾਣਕਾਰੀ ਗਲਤ ਤਰੀਕੇ ਦੇ ਨਾਲ ਆਮ ਲੋਕਾਂ 'ਚ ਰੱਖ ਦਿੱਤੀ ਜਾਂਦੀ ਹੈ, ਅਤੇ ਲੋਕ ਉਸੇ ਨੂੰ ਸੱਚ ਮੰਨ ਕੇ ਬਹਿ ਜਾਂਦੇ ਆ। ਬਹੁਤੀ ਵਾਰਾਂ ਸਾਡਾ ਕੀ ਮਸਲਾ ਹੈ ਕਿ ਪੜ੍ਹਨ ਲਿਖਣ ਨਾਲ ਲੋਕ ਬਹੁਤ ਘੱਟ ਜੁੜੇ ਨੇ, ਇਹ ਬਹੁਤੀ ਵਾਰਾਂ ਆਪਣੇ ਲੀਡਰਾਂ ਦੇ ਬਿਆਨਾਂ 'ਤੇ ਵਿਸ਼ਵਾਸ ਕਰ ਲੈਂਦੇ। ਬਿਲਕੁਲ ਬਿਲਕੁਲ, ਜਿਵੇਂ ਸੁਖਬੀਰ ਬਾਦਲ ਹੋਰਾਂ ਨੇ ਪਹਿਲਾਂ ਜਦੋਂ ਬਿਆਨ ਦਿੱਤਾ ਸੀ, ਜਿਸ ਤੋਂ ਹੁਣ ਉਹ ਬਦਲ ਗਏ ਨੇ, ਪਹਿਲਾਂ ਉਹਨਾਂ ਦਾ ਬਿਆਨ ਇਹੋ ਸੀ ਕਿ ਮੈਂ ਇਹ ਜਿਹੜਾ ਆਰਡੀਨੈਂਸ ਨੇ ਪੜ੍ਹੇ ਨੇ, ਇਹਨਾਂ ਨੂੰ ਮਾਹਰਾਂ ਦੇ ਨਾਲ ਡਿਸਕਸ ਕੀਤਾ ਹੈ, ਅਤੇ ਡਿਸਕਸ ਕਰਨ ਤੋਂ ਬਾਅਦ ਇਹ ਜਾਣਿਆ ਕਿ ਇਹ ਤਾਂ ਬਹੁਤ ਫਾਇਦੇ ਵਾਲੀ ਚੀਜ਼ ਹੈ ਅਤੇ ਬੜੀ ਲਾਹੇਵੰਦ ਚੀਜ਼ ਹੈ ਕਿਸਾਨਾਂ ਦੇ ਲਈ, ਅਤੇ ਇਸ ਕਰਕੇ ਇਹਦਾ ਸਾਨੂੰ ਸਮਰਥਨ ਕਰਨਾ ਚਾਹੀਦਾ। ਮੋਦੀ ਸਾਹਿਬ 'ਤੇ ਗਲਤ ਕਰ ਹੀ ਨਹੀਂ ਸਕਦੇ, ਇਸ ਗੱਲ 'ਤੇ ਆਪਾਂ ਆਵਾਂਗੇ, ਅਕਾਲੀ ਦਲ ਦਾ ਜਿਹੜਾ ਯੂ ਟਰਨ ਹੈ, ਪਰ ਉਸ ਤੋਂ ਪਹਿਲਾਂ ਜਿਹੜਾ ਆਰਡੀਨੈਂਸ ਹੈ, ਪਹਿਲਾ ਆਰਡੀਨੈਂਸ ਦਰਸ਼ਕ ਤੁਹਾਨੂੰ ਦੱਸ ਦਈਏ ਸੀ, ਕਿਉਂਕਿ 3 ਆਰਡੀਨੈਂਸ ਨੇ, ਜੋ ਪਹਿਲਾ ਆਰਡੀਨੈਂਸ ਗੁਸਤਾਖ਼ ਜੀ ਤੁਹਾਨੂੰ ਜ਼ਰੂਰ ਦੱਸੋ। ਜੀ ਜੀ, ਪਹਿਲਾ ਆਰਡੀਨੈਂਸ ਜਿਹੜਾ ਹੈਗਾ ਜੀ, ਉਹਦੇ ਵਿੱਚ ਜਿਹੜੀ ਵੱਡੀ ਗੱਲ ਜਿਹੜੀ ਨੋਟ ਕਰਨ ਵਾਲੀ ਹੈ, ਜਿਹਨੂੰ ਇਹ ਲੋਕ ਪੱਖੀ ਕਹਿ ਕੇ ਵੀ ਲੋਕਾਂ ਦੇ ਵਿੱਚ ਰੱਖਿਆ ਜਾਂਦਾ ਰਿਹਾ ਸਰਕਾਰ
ਇਹ ਲੋਕਾਂ ਦੇ ਵਿੱਚ ਇਹ ਚੀਜ਼ ਲਿਆਂਦੀ ਗਈ ਆ ਕਿ ਕਿਸਾਨ ਜਿਹੜਾ ਉਹ ਆਪਣੀ ਫਸਲ ਕਿਤੇ ਵੀ ਵੇਚ ਸਕੇਗਾ ਅਤੇ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਨੇ ਉਹ ਤੁਹਾਡੀ ਕਿਸਾ ਫਸਲ ਦੀ ਖਰੀਦ ਕਰ ਸਕਣਗੀਆਂ। ਇਹ ਨਹੀਂ ਕਿ ਪਹਿਲਾਂ ਵਾਂਗੂ ਤੁਸੀਂ ਮੰਡੀ ਦੇ ਵਿੱਚ ਲੈ ਕੇ ਜਾਓ, ਉੱਥੇ ਜੋ ਤੁਹਾਡਾ ਸਮਾਂ ਲੱਗਣਾ ਅਤੇ ਤੁਸੀਂ ਆਪਣੇ ਸਾਧਨਾਂ ਨਾਲ ਹੀ ਲੈ ਕੇ ਜਾਂਦੇ ਹੋ। ਇਹ ਤਾਂ ਪੋਜ਼ੀਟਿਵ ਪੱਖ ਉਹਨਾਂ ਵੱਲੋਂ ਜਿਹੜਾ ਉਹ ਪੋਜ਼ੀਟਿਵ ਕਹਿ ਰਹੇ ਨੇ, ਉਹ ਇਹ ਕਹਿ ਰਹੇ ਨੇ ਕਿ ਇਹਦੇ 'ਚ ਤੁਹਾਡਾ ਸਮਾਂ ਬਚੇਗਾ। ਤੁਹਾਨੂੰ ਟਰੱਕ ਟਰਾਲੀਆਂ ਤੁਸੀਂ ਲੈ ਕੇ ਮੰਡੀ 'ਚ ਜਾਂਦੇ ਹੋ, ਉੱਥੇ ਸਮਾਂ ਜ਼ਾਇਆ ਕਰਦੇ ਹੋ ਅਤੇ ਤੁਹਾਨੂੰ ਇੱਕ ਪ੍ਰਾਈਜ਼ ਜਿਹੜਾ ਉੱਥੇ ਦਿੱਤਾ ਹੋਇਆ MSP ਜਿਹੜਾ ਹੈਗਾ ਆ ਉਹਦੇ ਨਾਲ ਥੋੜ੍ਹਾ ਬਹੁਤਾ ਉੱਪਰ ਨੀਚੇ ਕਰਕੇ ਜਿਹੜਾ ਹੈਗਾ ਤੁਹਾਨੂੰ ਇੱਕ ਹੀ ਪ੍ਰਾਈਜ਼ ਲਗਭਗ ਸਾਰੇ ਚੱਲ ਰਿਹਾ ਹੁੰਦਾ ਤਾਂ ਉਹ ਤੁਹਾਨੂੰ ਮਿਲਦਾ। ਅਤੇ ਪ੍ਰਾਈਵੇਟ ਕੰਪਨੀਆਂ ਆਉਣਗੀਆਂ ਅਤੇ ਮਾਰਕੀਟਿੰਗ ਜਿਹੜੀ ਆ ਉਹ ਤੁਸੀਂ ਈ ਮਾਰਕੀਟਿੰਗ ਵੀ ਕਰ ਸਕੋਗੇ। ਵੈਸੇ ਇਹਨੂੰ ਡਿਜੀਟਲ ਇੰਡੀਆ ਕਹਿਣ ਦੀ ਉਹਨਾਂ ਦੀ ਕੋਸ਼ਿਸ਼ ਹੈ ਕਿ ਇਹਦੇ ਨਾਲ ਤੁਹਾਡਾ ਬੜਾ ਭਲਾ ਹੋਣ ਵਾਲਾ ਹੈ ਅਤੇ ਜਿਹੜਾ ਹੋ ਸਕਦਾ ਕਿ ਪ੍ਰਾਈਵੇਟ ਕੰਪਨੀਆਂ ਤੁਹਾਡੇ ਖੇਤ 'ਚੋਂ ਹੀ ਤੁਹਾਡੀ ਫਸਲ ਚੁੱਕ ਲੈਣ ਅਤੇ ਤੁਹਾਨੂੰ ਜਿਹੜਾ ਤੁਹਾਡਾ ਟਰੈਵਲਿੰਗ ਦਾ ਖਰਚਾ ਜਿਹੜਾ ਤੁਹਾਡਾ ਟਰੱਕ ਟਰਾਲੀਆਂ ਲੈ ਕੇ ਜਾਂਦੇ ਹੋ ਤੁਸੀਂ ਉਹ ਵੀ ਤੁਹਾਡਾ ਬਚ ਹੈ। ਇਹ ਉਹਨਾਂ ਦਾ ਪੱਖ ਹੈ, ਪਰ ਇਹਦੇ ਜਿਹੜਾ ਨੈਗੇਟਿਵ ਪ੍ਰਭਾਵ ਜਿਹੜਾ ਹੋਏਗਾ ਜਿਹਦੇ ਕਰਕੇ ਇਹਦਾ ਬਹੁਤ ਵਿਰੋਧ ਹੋ ਰਿਹਾ ਕਿ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਨੇ ਉਹ ਤੁਹਾਡਾ ਉਹ ਹੀ ਕੰਟਰੋਲ ਕਰਨਗੀਆਂ, ਰੇਟ ਨੂੰ ਵੀ ਕੰਟਰੋਲ ਕਰਨਗੀਆਂ, ਕਿਉਂਕਿ ਜਿਹੜਾ ਤੀਜਾ ਆਰਡੀਨੈਂਸ ਆ ਉਹਦੇ ਵਿੱਚ ਇਹੋ ਹੀ ਹੈ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਜ਼ਖੀਰਾ ਅੰਦੋਜ਼ੀ ਕਰ ਸਕਦੇ ਹੋ। ਪਹਿਲਾਂ ਇੱਕ ਲਿਮਿਟ ਸੀਗੀ ਕਿ NS ਲਿਮਿਟ ਤੋਂ ਜ਼ਿਆਦਾ, ਭਾਵੇਂ 2 ਨੰਬਰ ਚਲੋ ਹੁੰਦਾ ਸੀ ਉਹਨੂੰ, ਪਰ 2 ਨੰਬਰ 'ਤੇ ਕਿਹਾ ਜਾਂਦਾ ਸੀ ਨਾ ਉਹਨੂੰ, ਉਹਦੇ ਡਰ 'ਤੇ ਰਹਿੰਦਾ ਸੀ ਸਰਕਾਰ, ਜਿਹੜੇ ਪ੍ਰਾਈਵੇਟ ਕੰਪਨੀਆਂ ਸੀਗੀਆਂ ਉਹਨਾਂ ਨੂੰ ਡਰ ਰਹਿੰਦਾ ਸੀ ਕਿ ਅਸੀਂ ਜੇ ਕਿਸੇ ਤਰ੍ਹਾਂ ਦਾ ਕੋਈ ਸਟੋਰ ਕੀਤਾ ਹੋਇਆ, ਅਨਾਜ ਸਟੋਰ ਕੀਤਾ ਆ ਜਾਂ ਕੋਈ ਤੇਲ ਬੀਜ ਸਟੋਰ ਕੀਤੇ ਨੇ ਉਹ, ਜਾਂ ਕੋਈ ਵੀ ਫਸਲ ਜਾਂ ਕਿਸੇ ਤਰ੍ਹਾਂ ਦਾ ਵੀ ਜੋ ਸਟੋਰ ਕੀਤਾ ਹੋਇਆ ਉਹਦਾ ਗੈਰ ਕਾਨੂੰਨੀ ਆ, ਉਹਨੂੰ ਕਾਨੂੰਨੀ ਕੀਤਾ ਗਿਆ ਤੀਜੇ ਆਰਡੀਨੈਂਸ ਰਾਹੀਂ, ਉਹਨੂੰ ਕਾਨੂੰਨ ਦੇ ਵਿੱਚ ਕਰਤਾ ਹੈ। ਅਤੇ ਦੇਖੋ ਤੁਸੀਂ ਜਦੋਂ ਉਹ ਫਸਲਾਂ ਸਟੋਰ ਹੋਣਗੀਆਂ, ਕੁਛ ਵੀ ਕਰ, ਜਦੋਂ ਕਿਸਾਨ ਕੋਈ ਫਸਲਾਂ ਸਟੋਰ ਕਰੇਗਾ ਤਾਂ ਓਬਵੀਅਸਲੀ ਜਿਹੜੀ ਉਹਦੀ ਕੀਮਤ ਆ ਉਹ ਲਿਮਿਟ ਹੋ ਜਾਏਗੀ। ਪਹਿਲਾਂ ਕੀਮਤਾਂ ਤਾਂ ਕਿਸਾਨਾਂ ਨੂੰ ਪਹਿਲਾਂ ਨਹੀਂ ਮਿਲ ਰਹੀਆਂ ਨਹੀਂ, ਇਸ ਖੈ ਸ਼ਾਇਦ ਇਸੇ ਕਰਕੇ ਸਾਰਾ ਕਿਸਾਨ ਵਰਗ ਆ ਜਿਹੜਾ ਉਹ ਵਿਚਾਰਾ ਆਪਣੇ ਕੰਮ ਕਾਰ ਛੱਡ ਕੇ ਸੜਕਾਂ 'ਤੇ ਆਇਆ ਹੋਇਆ, ਹਰ ਵਾਰ ਦੀ ਤਰ੍ਹਾਂ ਫਿਰ ਟੱਕਰਾਂ ਖਾ ਰਿਹਾ, ਪੁਲਿਸ ਨਾਲ ਤਕਰਾਰ ਹੋ ਰਹੇ ਨੇ। ਸਾਨੂੰ ਕੀਮਤਾਂ ਤਾਂ ਅਸੀਂ ਵਧਾਉਣ ਬਾਰੇ ਲੜਾਈਆਂ ਕਰਦੇ ਸੀ, ਦੇਖੋ ਸਾਡੀਆਂ ਕੀਮਤਾਂ ਨੂੰ ਸਾਡੇ ਮੁੱਲ ਨੂੰ ਮੋੜਨਾ ਤਾਂ ਕੀ ਸੀ। ਜਿਵੇਂ ਇੱਕ ਵਾਰੀ ਐਗਜ਼ਾਮਪਲ ਦਿੰਦੇ ਹੁੰਦੇ ਗੁਸਤਾਖ ਜੀ, ਕੋਈ ਸਿਆਣੇ ਬੰਦੇ ਐਗਜ਼ਾਮਪਲ ਦਿੰਦੇ ਆ ਜਿਹੜੇ ਪੁਰਾਣੇ ਨੇ, ਉਹ ਪੈਟਰੋਲ ਦੀ ਅਤੇ ਡੀਜ਼ਲ ਦੀ ਜਿਹੜੀ ਕੀਮਤ ਹੈ ਨਾ, ਡੀਜ਼ਲ ਜਿਹੜਾ ਅਸੀਂ ਸਾੜਦੇ ਹਾਂ ਫਸਲਬਾੜੀ ਖੇਤੀਬਾੜੀ ਕਰਨ ਵਾਸਤੇ, ਉਹਦੀ ਕੀਮਤ ਨੂੰ ਮਿਲਾ ਕੇ 1999 ਤੋਂ 2020 ਤੱਕ ਉਹ ਬਣਾਉਂਦੇ ਵੀ ਉਹ ਕਿੱਥੋਂ ਤੱਕ ਪਹੁੰਚ ਗਈ ਅਤੇ ਸਾਡੀਆਂ ਫਸਲਾਂ ਦੇ ਰੇਟ ਕਣਕ ਦੇ ਝੋਨੇ ਦੇ ਕਿੱਥੋਂ ਤੱਕ ਪਹੁੰਚੇ। ਅਸੀਂ ਤਾਂ ਉਹ ਚੀਜ਼ ਨੂੰ ਮੰਗ ਕਰਦੇ ਸੀ ਵੀ ਸਾਡੇ ਰੇਟ ਵਧਾ ਦਿਓ, ਆਹ ਕੁਛ ਹੋਰ ਹੀ ਨਵਾਂ ਸਾਡੇ ਸਿਰ ਥੋਪਤਾ। ਬਿਲਕੁਲ ਬਿਲਕੁਲ ਜੀ, ਇਹਦੇ ਬਾਰੇ ਨਾ ਇੱਕ ਤੁਸੀਂ ਆ ਜਿਵੇਂ ਗੱਲ ਕੀਤੀ, ਇੱਕ ਮੈਨੂੰ ਯਾਦ ਨਹੀਂ ਹੁਣ ਉਹਨਾਂ ਦਾ ਨਾਮ ਆ ਰਿਹਾ, ਕਾਫੀ ਉਹਨਾਂ ਨੇ ਇਸ ਬਾਰੇ ਗੱਲ ਕੀਤੀ ਸੀ ਕਿ ਜਿਹੜੇ ਪ੍ਰਾਈਵੇਟ ਤੁਸੀਂ ਕੋਈ ਜੋਬ ਕਰਦੇ ਹੋ, ਸਰਕਾਰੀ ਜੋਬ ਕਰਦੇ ਹੋ, ਸਰਕਾਰੀ ਜੋਬ ਦੀਆਂ ਜਿਹੜੇ ਵਿੱਚ ਕਿੰਨਾ ਵਾਧਾ ਹੋਇਆ ਉਹਨਾਂ ਦੀ ਤਨਖਾਹਾਂ ਦੇ ਵਿੱਚ, ਜਿਹੜੀ 60 ਦੇ ਵਿੱਚ ਜਾਂ 1970 ਦੇ ਵਿੱਚ ਜਿਹੜੀ ਤਨਖਾਹ ਸੀ ਸਰਕਾਰੀ ਮੁਲਾਜ਼ਮ ਦੀ, ਅਤੇ ਅੱਜ ਕਿੰਨੇ ਪਰਸੈਂਟ ਤਨਖਾਹ ਵਧੀ ਹੈ। ਅਤੇ ਜੇ ਕਿਸਾਨੀ ਦਾ ਜਿਹੜਾ ਹੈਗਾ ਆ ਰੇਟ ਆ, ਜੇ ਕੋਈ ਕੁਇੰਟਲ ਦਾ ਰੇਟ ਉਸ ਵੇਲੇ ਕਿੰਨਾ ਸੀ ਅਤੇ ਉਹ ਕਿੰਨਾ ਆ, ਉਹਦਾ ਕੰਪੈਰੀਜ਼ਨ ਕੀਤਾ ਸੀ, ਅਤੇ ਮਤਲਬ ਬਹੁਤ ਜਿਹੜਾ ਕਿਸਾਨੀ ਦਾ ਕੋਈ ਵੀ ਕੋਈ ਐਡਾ ਵੱਡਾ ਫਰਕ ਨਹੀਂ ਆਇਆ ਕਿ ਆਪਾਂ ਕਹਿ ਦਈਏ ਕਿ ਪਿਛਲੇ ਸਾਲ ਇੰਨਾ ਸੀ ਅਤੇ ਇਸ ਸਾਲ ਇੰਨਾ ਵੱਧ ਗਿਆ। ਉਹੀ 1921 ਜਿਹੜਾ ਆ ਕੋਈ ਫਰਕ ਰਹਿੰਦਾ ਨੇੜੇ ਨੇੜੇ। ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਆਰਡੀਨੈਂਸ ਦੀ ਕਿ ਤੀਸਰੇ ਦੀ ਕਿ ਜ਼ਖੀਰਾ ਅੰਦੋ ਦੀ ਜਿਹੜੀ ਕਰਨ ਲਈ ਅਲਾਊਡ ਹੋ ਗਈ, ਅਤੇ ਪ੍ਰਾਈਵੇਟ ਕੰਪਨੀਆਂ ਨੂੰ ਜਦੋਂ ਉਹਨਾਂ ਕੋਲ ਸਮਾਨ ਪਿਆ ਹੋਇਆ ਉਹ ਕੀਮਤਾਂ ਨੂੰ ਕੰਟਰੋਲ ਕਰਨਗੇ, ਉਹ ਰੇਟ ਤੈਅ ਕਰਨਗੇ ਕਿ ਜੇ ਕੋਈ ਸਮਾਨ, ਜੇ ਕੋਈ ਆਲਰੇਡੀ ਤੁਸੀਂ ਫਸਲ ਬੀਜੀ ਹੋਈ ਆ ਉਹ ਤੁਸੀਂ ਮਾਰਕੀਟ ਦੇ ਵਿੱਚ ਲਿਆ ਰਹੇ ਹੋ, ਉਹ ਕਹਿ ਰਹੇ ਜੀ ਸਾਡੇ ਕੋਲ ਆਲਰੇਡੀ ਸਟੋਰਾਂ 'ਚ ਹੈਗੀ ਆ, ਸਾਡੇ ਕੋਲ ਜਮ੍ਹਾਂ ਚੀਜ਼ ਆ, ਇਹ ਚੀਜ਼ ਇਸ ਭਾਅ 'ਤੇ ਨਹੀਂ ਖਰੀਦ ਸਕਦੇ। ਜਿਹੜਾ ਭਾਅ ਤੁਸੀਂ ਦੇਣਾ ਚਾਹ ਰਹੇ ਜੋ ਉਹ ਤੁਸੀਂ ਦੂਸਰਾ ਜਿਹੜਾ ਆਰਡੀਨੈਂਸ ਆ, 3 ਆਰਡੀਨੈਂਸ ਆਏ ਨੇ, ਜਿਹੜਾ ਦੂਸਰਾ ਉਹਦੇ ਵਿੱਚ ਇਹ ਵੀ ਇਹ ਗੱਲ ਕਿ ਕੋਈ ਵੀ ਕਿਸਾਨ ਜਿਹੜਾ ਉਹ ਪ੍ਰਾਈਵੇਟ ਕੰਪਨੀਆਂ ਦੇ ਨਾਲ ਉਹ ਟਾਈ ਅਪ ਕਰ ਸਕਦਾ, ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਡੀਲ ਹੋ ਸਕਦੀ ਆ, 1 ਸਾਲ ਤੋਂ 5 ਸਾਲ ਤੱਕ ਦੀ ਡੀਲ ਹੋ ਸਕਦੀ ਆ ਕਿ ਅਸੀਂ ਜੋ ਵੀ ਫਸਲ ਬੀਜਣੀ ਆ ਇਸੇ ਕੰਪਨੀ ਨੂੰ ਉਹਦਾ ਉਤਪਾਦਨ ਜਿਹੜਾ ਵੇਚਣਾ ਆ। ਸੋ ਉਹ ਅੱਜ ਦੇ ਤੁਹਾਡੇ ਟਰੈਕਟਰ ਜਿਹੜੇ ਆ ਉਹ ਕਿਸਾਨਾਂ ਦੇ ਟਰੈਕਟਰ ਜਿਹੜੇ ਉਹ ਲੈ ਜਾਂਦੇ ਨੇ, ਕੋਈ ਵੀ ਲਿਮਿਟ ਟੁੱਟ ਗਈ ਆ ਜੀ ਟਰੈਕਟਰ ਲੈ ਗਏ, ਉਹ ਹੌਲੀ ਹੌਲੀ ਉਹ ਤੁਹਾਡੀ ਜ਼ਮੀਨ ਦੇ ਉੱਤੇ ਜ਼ਮੀਨਾਂ ਲੈ ਜਾਣਗੇ, ਕਿਉਂਕਿ ਉਹ ਪ੍ਰਾਈਵੇਟ ਕੰਪਨੀਆਂ ਨੇ ਜਿਹੜੀਆਂ ਕਿਸੇ ਵੀ ਤਰ੍ਹਾਂ ਦੀਆਂ ਉਹਨਾਂ ਦੇ ਕੋਲ ਇਹੋ ਹੀ ਤਾਂ ਕੰਮ ਆ ਉਹਨਾਂ ਦਾ, ਉਹ ਜਿਹੜੀ ਚੀਜ਼ ਬਣਾਉਂਦੇ ਨੇ। ਸਾਨੂੰ ਗੁਸਤਾਖ ਜੀ, ਜਿਵੇਂ ਗੁਸਤਾਖ ਜੀ ਨੇ ਤੁਹਾਨੂੰ ਆਰਡੀਨੈਂਸ ਬਾਰੇ ਦੱਸਿਆ ਸੀ, ਕਿਉਂਕਿ ਜ਼ਰੂਰੀ ਸਮਝਦੇ ਹਾਂ, ਕਈ ਵਾਰੀ ਬਹੁਤ ਸਾਰੇ ਮਸਲੇ ਨੇ ਇੱਦਾਂ ਦੇ ਹੋ ਜਾਂਦੇ ਆ ਵੀ ਲੋਕ ਸੰਘਰਸ਼ ਤਾਂ ਕਰਨ ਲੱਗ ਜਾਂਦੇ, ਜਿਵੇਂ ਪਿੱਛੇ ਜੇ NRC ਵਾਲੇ ਮਾਮਲੇ ਦੇ ਵਿੱਚ ਜਿਹੜੇ ਭਾਜਪਾ ਦੇ ਬੰਦੇ ਸੀ ਉਹ ਕਹਿਣ ਲੱਗ ਗਏ ਵੀ ਅਸੀਂ ਸਮਰਥਨ ਦੇ ਵਿੱਚ ਆ, ਅਤੇ ਪੱਤਰਕਾਰ ਨੇ ਉਹਨੂੰ ਪੁੱਛਿਆ ਵੀ ਤੁਸੀਂ ਇੱਥੇ ਆਏ ਕਿਉਂ, ਹਾਂਜੀ ਆਏ ਕਿਉਂ, ਤਾਂ ਉਹ ਕਹਿੰਦੇ ਵੀ ਨਹੀਂ ਸਾਨੂੰ ਇਹ ਗੱਲ ਦਾ ਮਤਲਬ ਹੋਰ ਹੀ ਕੁਛ ਕਹਿ ਰਹੇ ਸੀ। ਚਲੋ ਇਸ ਗੱਲ ਤੋਂ ਨਾ, ਜਦੋਂ ਇਹ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਵੀ ਸਾਡੀਆਂ ਜ਼ਮੀਨਾਂ ਲੈ ਲੈਣਗੇ, ਇੱਕ ਬਿੱਟੂ ਚੱਕ ਵਾਲਾ ਮੇਰਾ ਬੜਾ ਖਾਸ ਦੋਸਤ ਹੈ ਔਰ ਉਹ ਪੱਤਰਕਾਰ ਵੀ, ਉਹਨੇ ਇੱਕ ਬੜੀ
ਦਰਦ ਲਿਖਿਆ ਹੈ ਨਾ ਕਿ ਮੈਂ ਜ਼ਰਾ ਜ਼ਰੂਰ ਦਰਸ਼ਕਾਂ ਨੂੰ ਪੜ੍ਹ ਕੇ ਸੁਣਾਊਂਗਾ ਕਿ ਜੋ ਅਸੀਂ ਆਪਣੀਆਂ ਜ਼ਮੀਨਾਂ ਦੇ ਵਿੱਚ ਜਦੋਂ ਨੌਕਰ ਹੋ ਗਏ ਇਹ ਗੱਲਾਂ ਉੱਥੇ ਤੱਕ ਪਹੁੰਚ ਜਾਣੀਆਂ ਨੇ। ਕਹਿੰਦਾ ਬਾਪੂ ਹੁਣ ਤੇਰਾ ਮੁੱਲ ਨਹੀਂ ਪੈਣਾ ਛੱਡ ਦੇ ਜੋੜੀ ਮਨ ਲੈ ਕਹਿਣਾ ਫਸਲ ਤੇਰੀ ਹੁਣ ਖਾ ਜਾਣਗੇ ਜਦੋਂ ਵਪਾਰੀ ਆ ਜਾਣਗੇ ਜੱਟ ਸਿਰੀ ਵਾਲੀ ਯਾਰੀ ਤੇਰੀ ਬਸ ਕਰ ਹੁਣ ਨਿਭ ਗਈ ਬਥੇਰੀ ਬਿੱਟੂ ਨੇ ਹੁਣ ਖੇਤ ਨਹੀਂ ਆਉਣਾ ਵੱਟ 'ਤੇ ਪਏ ਨੇ ਕਿਸੇ ਜਗਾਉਣਾ ਵੱਟ 'ਤੇ ਪਏ ਨਾ ਕਿਸੇ ਜਗਾਉਣਾ ਕਰਜ਼ੇ ਤੈਨੂੰ ਫਿਰ ਮਿਲਣਗੇ ਪਰ ਕਣਕਾਂ ਦੇ ਪੈਸੇ ਹੋਰ ਗਿਣਨਗੇ ਕੋਈ ਹੋਰ ਪੈਸੇ ਗਿਣੂਗਾ ਨਹਿਰੋਂ ਪਾਰ ਵਾਲੀ ਸਾਰੀ ਵਿਕਜੂ ਨਹਿਰੋਂ ਪਾਰ ਵਾਲੀ ਵਿਕਜੂ ਸਾਰੀ ਜਦੋਂ ਚੱਕ ਭਾਈ ਕੇ ਆਏ ਵਪਾਰੀ ਪੱਤਾ ਲੈਣਾ ਹੁਣ ਬੇਬੇ ਆਉਣਾ ਪੈਣਾ ਤੈਨੂੰ ਮਨ ਸਮਝਾਉਣਾ ਹੁਣ ਡੱਬੇ ਵਿੱਚ ਰੋਟੀ ਪਾਇਆ ਕਰਾਂਗੇ ਬਾਪੂ ਆਪਾਂ ਦੋਵੇਂ ਕੰਮ 'ਤੇ ਜਾਇਆ ਕਰਾਂਗੇ ਕੰਮ 'ਤੇ ਜਾਇਆ ਇਹ ਸੱਚਾਈ ਇਹ ਸਭ ਕੁਝ ਸਾਹਮਣੇ ਹੋ ਜਾਣਾ ਜੇ ਇਹ ਚੱਲਦਾ ਰਿਹਾ ਅਤੇ ਜੇ ਇਹ ਸੰਘਰਸ਼ ਨੇ ਚਲੋ ਆਪਾਂ ਇੱਥੋਂ ਗੱਲ ਕਰਦੇ ਹਾਂ ਥੋੜ੍ਹਾ ਜਿਹਾ ਕਿ ਅਕਾਲੀ ਦਲ ਦੀ ਗੱਲ ਆਪਾਂ ਛੇੜ ਲਈ ਸੀ ਕੁਛ ਗੱਲਾਂ 'ਤੇ ਹਾਸਾ ਜਿਹਾ ਬੜਾ ਆਉਂਦਾ ਗੁਸਤਾਖ ਜੀ ਇੱਕ ਗੱਲ ਹੈ ਵੀ ਤੁਸੀਂ ਮਤਲਬ ਦਰਸ਼ਕ ਵੀ ਇਸ ਗੱਲ ਜ਼ਰੂਰ ਜਾਣਦੇ ਨੇ ਵੀ ਜਿਵੇਂ ਤੁਸੀਂ ਕਿਹਾ ਵੀ ਸੁਖਬੀਰ ਬਾਦਲ ਨੇ ਪਹਿਲਾਂ ਇਹ ਗੱਲ ਕਹੀ ਸੀ ਕਿ ਮੈਂ ਉਹ ਸਾਰਾ ਆਰਡੀਨੈਂਸ ਪੜ੍ਹਿਆ ਹੋਇਆ ਅਤੇ ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇੱਕ ਵੀਡੀਓ ਰਿਲੀਜ਼ ਕੀਤੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਸੀਂ ਤੁਹਾਨੂੰ ਵਿਰੋਧੀ ਪਾਰਟੀਆਂ ਭੜਕਾ ਰਹੀਆਂ ਨੇ ਦਿਸ ਆਰਡੀਨੈਂਸ ਇਜ਼ ਬੈਨੀਫਿਸ਼ਲ ਫੋਰ ਫਾਰਮਰਸ ਇਹ ਲੋਕਾਂ ਦੇ ਲਈ ਫਾਇਦੇਮੰਦ ਚੀਜ਼ ਹੈ ਪਰ ਕੱਲ੍ਹ ਪਰਸੋਂ ਪਾਰਲੀਮੈਂਟ ਦੇ ਵਿੱਚ ਸੁਖਬੀਰ ਬਾਦਲ ਨੇ ਬੜਾ ਤਕੜਾ ਯੂ ਟਰਨ ਉਹਨਾਂ ਨੇ ਲਿਆ ਅਤੇ ਲੋਕ ਉਹਦੇ 'ਤੇ ਸਵਾਲ ਖੜ੍ਹੇ ਕਰ ਰਹੇ ਨੇ ਵੀ ਯੂ ਟਰਨ ਉਹਨਾਂ ਨੇ ਤਾਂ ਲਿਆ ਕਿ ਕਿਉਂਕਿ ਪਹਿਲਾਂ ਉਹਨਾਂ ਨੂੰ ਲੱਗਿਆ ਵੀ ਚੱਲ ਜਾਏਗਾ ਕੰਮ ਪਰ ਸੰਘਰਸ਼ ਬਹੁਤ ਵੱਡਾ ਹੋ ਗਿਆ ਕੀ ਕਹਿੰਦੇ ਹੋ ਤੁਸੀਂ ਇਸ ਮਾਮਲੇ 'ਤੇ ਵੇਖੋ ਜੀ ਜਿਹੜਾ ਨਾ ਇਸ ਵੇਲੇ ਜੋ ਸਿਆਸਤ ਦੀ ਹਾਲਤ ਹੋ ਗਈ ਹੈ ਸੁਖਬੀਰ ਬਾਦਲ ਹੋਰਾਂ ਦੀ ਗੱਲ 'ਤੇ ਮੈਨੂੰ ਇੱਕ ਯਾਦ ਆ ਰਹੀ ਹੈ ਕਿ ਕਦੀ ਇਹ ਜਿਹੜੇ ਸੁਖਬੀਰ ਬਾਦਲ ਹੋਣ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਸਾਡੇ ਸਿੱਧੂ ਸਾਹਿਬ ਹੋਣ ਜਾਂ ਭਾਵੇਂ ਆਮ ਆਦਮੀ ਦਾ ਕੋਈ ਲੀਡਰ ਹੈ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸੀਰੀਅਸ ਮਸਲਿਆਂ 'ਤੇ ਕਦੀ ਸੀਰੀਅਸ ਹੋਏ ਹੀ ਨਹੀਂ ਅੱਜ ਤੱਕ ਇਹ ਕਦੀ ਸੀਰੀਅਸ ਹੋਏ ਹੀ ਨਹੀਂ ਇਹਨਾਂ ਨੂੰ ਕਦੀ ਕਿਸੇ ਨੇ ਪੁੱਛਿਆ ਇੱਕ ਵੀਡੀਓ ਛੋਟੀ ਜਿਹੀ ਵਾਇਰਲ ਹੋਈ ਸੀ ਕਿਸੇ ਨੇ ਪੁੱਛਿਆ ਕਿ ਕੋਲਾ ਜੀ ਸਾਨੂੰ ਪਤਾ ਲੱਗਾ ਜੀ ਕੋਲਾ ਖਤਮ ਹੋ ਗਿਆ ਜਿਹੜਾ ਥਰਮਲ ਪਲਾਂਟ ਦੇ ਵਿੱਚ ਬਠਿੰਡੇ ਕੋਲਾ ਘੱਟ ਗਿਆ ਅਤੇ ਹੁਣ ਇੱਕ ਸੰਜੀਦਾ ਸਿਆਸਤਦਾਨ ਦਾ ਜਿਹੜਾ ਬਿਆਨ ਹੋਣਾ ਚਾਹੀਦਾ ਹੈ ਕਿ ਦੇਖੋ ਸਾਡੇ ਕੋਲ ਕੋਈ ਐਸੀ ਰਿਪੋਰਟ ਨਹੀਂ ਪਹੁੰਚੀ ਜੀ ਸਾਡੇ ਡੈਸਕ 'ਤੇ ਕੋਈ ਕੰਪਲੇਂਟ ਨਹੀਂ ਆਈ ਜੇ ਤੁਹਾਡੇ ਕੋਲ ਕੋਈ ਅੰਕੜੇ ਨੇ ਤੁਸੀਂ ਸਾਡੇ ਦਫ਼ਤਰ ਪੁੱਛਦਾ ਕਰ ਦਿਓ ਅਸੀਂ ਧਿਆਨ ਦੇਵਾਂਗੇ ਪਰ ਤੁਹਾਡਾ ਇਹ ਅੰਕੜੇ ਗਲਤ ਹੋ ਸਕਦੇ ਨੇ ਕਿਉਂਕਿ ਸਾਡੇ ਕੋਲ ਕੋਈ ਐਸੀ ਰਿਪੋਰਟ ਅਸਲ ਜਵਾਬ ਕੀ ਸੀ ਅਸਲ ਜਵਾਬ ਇਹ ਸੀ ਉਹ ਤੈਨੂੰ ਕਹਿੰਦਾ ਕਣਕ ਕੌਣ ਕਹਿੰਦਾ ਕੋਲਾ ਮੁੱਕ ਗਿਆ ਚਾਹੀਦਾ ਹੋਇਆ ਤਾਂ ਘਰੋਂ ਲੈ ਜੀ ਹਾਂ ਵੀ ਅਗਲਾ ਦੇਖ ਮਤਲਬ ਇਹ ਨਜ਼ਰੀਆ ਇਹ ਉਹਨਾਂ ਦੀ ਟੋਨ ਹੈ ਤੈਨੂੰ ਕੌਣ ਕਹਿੰਦਾ ਕੋਲਾ ਮੁੱਕ ਗਿਆ ਮਤਲਬ ਅਤੇ ਜਗੀਰ ਕੌਰ ਹੁਣਿਆਂ ਨੂੰ ਉਹਨਾਂ ਨੂੰ ਕਿਸੇ ਦੀ ਮਰਗ 'ਤੇ ਗਏ ਨੇ ਉੱਥੇ ਉਹ ਵੀਡੀਓ ਦੇ ਵਿੱਚ ਹੱਸ ਰਹੇ ਨੇ ਕਿ ਇਹਨਾਂ ਦਾ ਬੰਦਾ ਮਰ ਗਿਆ ਇਹਨਾਂ ਨੂੰ ਲੱਖ ਰੁਪਇਆ ਮਿਲ ਗਿਆ ਚੰਗਾ ਹੋਇਆ ਪਹਿਲਾਂ ਤਾਂ 200 ਰੁਪਇਆ ਕਮਾਉਂਦਾ ਸੀ ਇਹ ਤਾਂ ਕਹਿੰਦੇ ਹੋਣੇ ਸਾਡਾ ਇੱਕ ਹੋਰ ਮਰ ਜਾਵੇ ਮਤਲਬ ਇਹ ਸੰਜੀਦਾ ਕਦੀ ਹੋਇਆ ਹੀ ਨਹੀਂ ਇੱਕ ਥਾਂ 'ਤੇ ਉਹ ਕਹੀ ਜਾਂਦਾ ਵੀ ਮੈਂ ਕਿਹਾ ਸੀ 24 ਘੰਟੇ ਬਿਜਲੀ ਆਊਗੀ ਆਈ ਕਿ ਨਹੀਂ ਉਹ ਕਹਿੰਦਾ ਨਹੀਂ ਹੈ ਮਤਲਬ ਜਿਹੜਾ ਮਸਲਾ ਹੈ ਨਾ ਮਸਲਾ ਇਹ ਹੈ ਕਿ ਜਿਹੜੇ ਸੰਜੀਦਾ ਮਸਲੇ ਨੇ ਜੇ ਸਾਡੇ ਜਿਹੜੇ ਨੇਤਾ ਨੇ ਜਿਹੜੇ ਸਾਡੇ ਲੀਡਰ ਨੇ ਜਿਹੜੇ ਸਾਡੇ ਨੁਮਾਇੰਦੇ ਨੇ ਜੇ ਉਹ ਹੀ ਨਹੀਂ ਸੀਰੀਅਸ ਤੁਸੀਂ ਹੁਣ ਵੋਟ ਪਾਈ ਹੈ ਤੁਸੀਂ ਉਹਨਾਂ ਨੂੰ ਜਵਾਬ ਸਵਾਲ ਕਰਦੇ ਹੋ ਕਿ ਆਹ ਮਸਲਾ ਹੈ ਜੀ ਇੱਕ ਸੰਜੀਦਾ ਸਵਾਲ ਕਰਦੇ ਹੋ ਉਹ ਤੁਹਾਨੂੰ ਕਹਿੰਦਾ ਤੈਨੂੰ ਕੌਣ ਕਹਿੰਦਾ ਮਤਲਬ ਤੁਹਾਡੇ ਜਿਹੜੇ ਨਾਲ ਦੇ ਬੈਠੇ ਨੇ ਉਹ ਵੀ ਹੱਸਣ ਲੱਗ ਪੈਂਦੇ ਨੇ ਸਾਰਾ ਹੱਸ ਕੇ ਤੁਸੀਂ ਇੱਕ ਤਮਾਸ਼ਾ ਜਿਹਾ ਬਣ ਕੇ ਰਹਿ ਜਾਂਦੇ ਹੋ ਅਤੇ ਮਤਲਬ ਤੁਸੀਂ ਇਹ ਬਾਅਦ 'ਚੋਂ ਸਵਾਲ ਕਰਨ ਦੀ ਵੀ ਜ਼ਰੂਰਤ ਨਹੀਂ ਕਰੋਗੇ ਕਿ ਕੱਲ੍ਹ ਨੂੰ ਤੁਹਾਨੂੰ ਕੋਈ ਕਹੇ ਕਿ ਉਹਨਾਂ ਦੀ ਇੰਟਰਵਿਊ ਲੈਣੀ ਆ ਤੁਸੀਂ ਸਮਝੋਗੇ ਕਿ ਉਹ ਬੰਦੇ ਨੇ ਮੇਰੀ ਬੇਇੱਜ਼ਤੀ ਕਰਨੀ ਆ ਅਤੇ ਮੈਂ ਇੱਕ ਹਾਸਾ ਬਣ ਕੇ ਰਹਿ ਜਾਣਾ ਕਿਉਂਕਿ ਇਹਨੂੰ ਲੋਕਾਂ ਨੇ ਮੰਨ ਲਿਆ ਕਿ ਤੁਸੀਂ ਬੇਇੱਜ਼ਤੀ ਕਰਾਉਣੀ ਕਰਾਉਣੀ ਆ ਤੁਹਾਨੂੰ ਜਵਾਬ ਉੱਥੇ ਸਵਾਲ ਜਵਾਬ ਕਰਨੇ ਚਾਹੀਦੇ ਨੇ ਕਿ ਘੱਟੋ ਘੱਟ ਸਾਨੂੰ ਟੋਨ 'ਤੇ ਸਹੀ ਨਾਲ ਜਵਾਬ ਦਿਓ ਝੂਠ ਹੀ ਬੋਲੋ ਕਿਸੇ ਤਰੀਕੇ ਨਾਲ ਤਾਂ ਝੂਠ ਬੋਲੋ ਮਤਲਬ ਤੁਸੀਂ ਇਹ ਕਹਿ ਰਹੇ ਜੇ ਹੁਣ ਜੇ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਸੀਗਾ ਇਹਦੇ ਪਿੱਛੇ ਜਿਹੜਾ ਲੋਕਡਾਊਨ ਕੀਤਾ ਉਹ ਬਿਆਨ ਦੇ ਰਹੇ ਨੇ ਕਿ ਅਸੀਂ ਜੀ ਜਿਹੜੇ ਇਹ ਬਾਹਰ ਫਿਰ ਰਹੇ ਨੇ ਨਾ ਮੈਂ ਦੇਖਿਓ ਬੰਦ ਕਰ ਦੇਣੇ ਆ ਸਾਰੇ ਮੈਂ ਤੁਹਾਡੇ 'ਤੇ ਗੁੱਸਾ ਜਿੱਦਾਂ ਬੱਚਿਆਂ ਨੂੰ ਕੋਈ ਸੰਬੋਧਿਤ ਹੋ ਰਿਹਾ ਹੁੰਦਾ ਨਾ ਕੋਈ ਟੀਚਰ ਬੱਚਿਆਂ ਨੂੰ ਕਹਿੰਦਾ ਹੁੰਦਾ ਪਿਛਲੀ ਲੈਣ ਵਾਲੇ ਇੱਧਰ ਹੋ ਜਾਓ ਇੱਧਰਲੀ ਲੈਣ ਵਾਲੇ ਇੱਧਰ ਹੋ ਜਾਓ ਮਤਲਬ ਸੰਜੀਦਗੀ ਕੋਈ ਹੈ ਹੀ ਨਹੀਂ ਅਤੇ ਤੁਸੀਂ ਮੈਂ ਤਾਂ ਹੈਰਾਨ ਹੁੰਦਾ ਕਿ ਅੱਜ ਕੱਲ੍ਹ ਦੇ ਨੌਜਵਾਨਾਂ ਅਤੇ ਇਹ ਜਿਹੜੇ ਬਜ਼ੁਰਗ ਸਾਡੇ ਅੱਜ ਇੱਥੇ ਧਰਨੇ ਲਾ ਰਹੇ ਨੇ ਇਹਨਾਂ ਦੇ ਸੋਚ 'ਤੇ ਵੀ ਹੈਰਾਨ ਆ ਕਿ ਇਹਨਾਂ ਨੇ ਹੀ ਉਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਨੇ ਹੀ ਮੂਹਰੇ ਲੱਗ ਕੇ ਅੱਗੇ ਟਰਾਲੀਆਂ ਭਰ ਭਰ ਕੇ ਉਹਨਾਂ ਦੀਆਂ ਰੈਲੀਆਂ ਭਰੀਆਂ ਅਤੇ ਉਹਨਾਂ ਨੂੰ ਜਿਤਾਇਆ ਜਿਹੜੇ ਤੁਹਾਡੇ ਮੁੱਦਿਆਂ ਪ੍ਰਤੀ ਸੰਜੀਦਾ ਹੀ ਨਹੀਂ ਕਦੀ ਉਹਨਾਂ ਨੂੰ ਤੁਸੀਂ ਆਸ ਕਰਦੇ ਹੋ ਕਿ ਉਹ ਯੂ ਟਰਨ ਨਹੀਂ ਲੈਣਗੇ ਅਤੇ ਯੂ ਟਰਨ ਓ ਟਰਨ ਬੀ ਟਰਨ ਬਹੁਤ ਕੁਝ ਹੋਣੇ ਨੇ ਸਿੱਧੂ ਸਾਹਿਬ ਹੋਰਾਂ ਨੇ ਆਪਣਾ ਬਿਆਨ ਹੀ ਬਦਲ ਦਿੱਤਾ ਸੀ ਉਹੋ ਹੀ ਬਿਆਨ ਜਿਹੜਾ ਉਹਨਾਂ ਨੇ ਮੋਦੀ ਦੇ ਸਾਹਮਣੇ ਪੜ੍ਹਿਆ ਉਹੋ ਹੀ ਬਿਆਨ ਸੋਨੀਆ ਦੇ ਸਾਹਮਣੇ ਪੜ੍ਹ ਦਿੱਤਾ
ਸੋ ਜੀ ਐਸੇ ਬੰਦੇ ਰਹੇ ਸਾਹਿਬ ਦੀ ਗੱਲ ਚੱਲਦੀ ਹੈ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਵੀ ਸਿੱਧੂ ਸਾਹਿਬ ਨੇ ਜਿਵੇਂ ਕਰਤਾਰਪੁਰ ਦਾ ਲਾਂਘਾ ਸੀਗਾ ਜਿਹੜਾ ਉੱਥੇ ਉਹਨਾਂ ਨੇ ਬੜਾ ਵਧੀਆ ਕੰਮ ਕਰਕੇ ਉਹਨਾਂ ਨੂੰ ਕ੍ਰੈਡਿਟ ਦਿੱਤਾ ਲੋਕਾਂ ਨੇ, ਲੋਕ ਉਹਨਾਂ ਨੂੰ ਚਾਹੁੰਦੇ ਨੇ ਅਤੇ ਹੁਣ ਵੀ ਮੌਕਾ ਨਾਲੇ ਹੈ ਵੀ ਉਹਨਾਂ ਦੀ ਐਂਟੀ ਪਾਰਟੀ ਜਿਹਨੇ ਇਹ ਫੈਸਲਾ ਲਿਆਂਦਾ ਅਤੇ ਹੁਣ ਸਿੱਧੂ ਸਾਹਿਬ ਕਾਹ ਤੋਂ ਘੋਰਨੇ 'ਚ ਬੜੇ ਬੈਠੇ ਨੇ, ਕੀ ਚਾਹੁੰਦੇ ਹੋਣਗੇ ਉਹ ਕਿਸਾਨਾਂ ਦੇ ਲਈ? ਸਿੱਧੂ ਸਾਹਿਬ ਨੂੰ ਖੜਨਾ ਨਹੀਂ ਚਾਹੀਦਾ? ਦੇਖੋ ਜੀ, ਇਹ ਜਿਹੜਾ ਨਾ ਸਿੱਧੂ ਸਾਹਿਬ ਹੋਣਾ ਪਿੱਛੇ ਦੇ ਇੱਕ ਉਹਨਾਂ ਦੀ ਮਿਸਿਸ ਨੇ ਬਿਆਨ ਵੀ ਦਿੱਤਾ ਸੀ ਕਿ ਜੇ ਅਕਾਲੀ ਦਾ ਔਰ ਭਾਜਪਾ ਦਾ ਜਿਹੜਾ ਗੱਠਜੋੜ ਟੁੱਟਦਾ ਤਾਂ ਅਸੀਂ ਆ ਜਾਵਾਂਗੇ ਭਾਜਪਾ ਦੇ ਵਿੱਚ। ਮਤਲਬ ਇਹ ਦੇਖੋ ਕਿ ਸਟੈਂਡ ਕੀ ਆ, ਮਤਲਬ ਸਟੈਂਡ ਉਹਨਾਂ ਦਾ ਕੋਈ ਨਹੀਂ ਆ ਕਿ ਜੇ ਆਪਾਂ ਕਿਸੇ ਦੇ, ਸਾਡਾ ਕੀ ਹੁੰਦਾ ਕਿ ਨਾ ਪੰਜਾਬੀ ਜਿਹੜੇ ਲੋਕ ਨੇ ਅਨਪੜ੍ਹ ਲੋਕ ਨੇ, ਅਨਪੜ੍ਹ ਮੈਂ ਪੰਜਾਬੀ ਲੋਕ ਨਹੀਂ ਕਹਾਂਗਾ, ਬਹੁਤ ਸਾਰੇ ਪੰਜਾਬੀ ਪੜ੍ਹੇ ਲਿਖੇ ਵੀ ਨੇ, ਬੜੇ ਵਧੀਆ ਵਧੀਆ ਅਹੁਦਿਆਂ ਦੇ ਉੱਤੇ ਨੇ, ਬੜੀ ਸੂਝਵਾਨ ਲੋਕ ਵੀ ਪੰਜਾਬ 'ਚ ਹੈਗੇ ਨੇ, ਪਰ ਜਿਹੜੇ ਘੱਟ ਪੜ੍ਹੇ ਲਿਖੇ ਨੇ ਜਾਂ ਜਿਹੜੇ ਨੌਜਵਾਨ ਨੇ ਇਹ ਪਿੱਛੇ ਲੱਗ ਜਾਂਦੇ ਨੇ ਕਿ ਹਾਂ ਵੀ ਫਲਾਣੇ ਬੰਦੇ ਨੇ ਆਹ ਕੰਮ ਕਰ ਦਿੱਤਾ। ਜੇ ਕਿਸੇ ਲੀਡਰ ਨੇ ਕੋਈ ਕੰਮ ਕੀਤਾ, ਤੁਸੀਂ ਵੋਟਾਂ ਪਾ ਕੇ ਜਿਤਾਇਆ ਹੀ ਉਹਨੂੰ ਉਹ ਕੰਮ ਕਰਨ ਵਾਸਤੇ ਸੀ, ਉਹਨੇ ਆਪਣੀ ਉਹਨੇ ਅਹਿਸਾਨ ਨਹੀਂ ਕੀਤਾ ਕਿਸੇ, ਤੁਸੀਂ ਟੀਚਰ ਨੂੰ ਜਾਂ ਕਹਿ ਦਿਓ ਕਿਸੇ ਪ੍ਰਾਈਵੇਟ ਅਦਾਰੇ, ਪ੍ਰਾਈਵੇਟ ਅਦਾਰਾ ਨਹੀਂ ਸਰਕਾਰੀ ਅਦਾਰੇ ਦੀ ਗੱਲ ਕਰਦਾ ਮੈਂ, ਕਿਸੇ ਸਰਕਾਰੀ ਅਦਾਰੇ 'ਚ ਕੋਈ ਟੀਚਰ ਲੱਗਾ ਹੈ ਜਾਂ ਕੋਈ ਬਿਜਲੀ ਡਿਪਾਰਟਮੈਂਟ 'ਚ ਕੋਈ ਕੰਮ ਕਰਦਾ ਹੈ ਜਾਂ ਕੋਈ ਟੈਲੀਫੋਨ ਡਿਪਾਰਟਮੈਂਟ 'ਚ ਕੰਮ ਕਰਦਾ, ਕਦੀ ਤੁਸੀਂ ਉਹਨੂੰ ਕਿਹਾ ਕਿ ਭਾਅ ਜੀ ਬਹੁਤ ਹੀ ਅਹਿਸਾਨ ਕੀਤਾ ਸਾਡਾ ਕੰਮ ਕਰਕੇ, ਤੁਹਾਨੂੰ ਪਤਾ ਕਿ ਇਹ ਬੰਦਾ ਤਨਖਾਹ ਲਿਆਉਂਦਾ, ਇਹ ਆਪਣੀ ਡਿਊਟੀ ਕੀਤੀ ਆ। ਜਿਹੜਾ ਲੀਡਰ ਨੇ ਕਿਸੇ ਨੇ ਕੰਮ ਕੀਤਾ ਉਹ ਤੁਸੀਂ ਸਮਝਦੇ ਜੇ ਇਹਨੇ ਅਹਿਸਾਨ ਕਰ ਦਿੱਤਾ ਸਾਡੇ ਤੇ, ਇਹਦੇ ਵਰਗਾ ਤਾਂ ਕੋਈ ਬੰਦਾ ਨਹੀਂ। ਬਾਕੀ ਜਿਹੜੀ ਤੁਸੀਂ ਗੱਲ ਦੱਸੀ ਨਵਜੋਤ ਸਿੰਘ ਸਿੱਧੂ ਵਾਲੀ ਕਿ ਉਹਨਾਂ ਨੇ ਇਹ ਗੱਲ ਕਹੀ ਹੈ, ਬਿਆਨ ਦਿੱਤਾ, ਅਤੇ ਫਿਰ ਅਸੀਂ ਭਰੋਸਾ ਕਿਹਦੇ 'ਤੇ ਕਰਾਂਗੇ, ਹੈ ਨਾ? ਸਾਡਾ ਭਰੋਸਾ ਕਿਸੇ 'ਤੇ ਵੀ ਬਣੇ ਤਾਂ ਬਣੇ ਕਿਵੇਂ? ਬੰਦੇ ਜਿਹੜੇ ਵੋਟਰ ਨੇ ਨਾ ਗੁਸਤਾਖ ਜੀ, ਉਹ ਤਾਂ ਅੱਜ ਕੱਲ੍ਹ ਜਿਵੇਂ ਵੋਟਰ ਹੁੰਦਾ ਨਾ, ਉਹ ਤੜਫ ਰਿਹਾ, ਉਹ ਕਹਿੰਦੇ ਕਿੱਧਰ ਨੂੰ ਜਾਵਾਂ, ਬਸ ਕੁਛ ਨਾ ਕੁਛ ਮਿਲ ਜੇ ਮੈਨੂੰ ਵੀ, ਜਿੱਧਰ ਨੂੰ ਮੈਂ, ਜਿੱਥੇ ਮੈਂ ਭਰੋਸੇ ਨਹੀਂ ਤਾਂ ਹੱਥ ਖੜ੍ਹੇ ਕਰਵਾਏ ਪਏ ਨੇ ਸਾਰੇ ਲੀਡਰਾਂ ਦੇ। ਹੁਣ ਕੋਈ ਬੰਦਾ ਕਹਿੰਦਾ ਕਿ ਸੰਸਦ ਦੇ ਵਿੱਚ ਵੋਟਿੰਗ ਹੋਈ ਸੀ ਅਤੇ ਮੈਂ ਉਹਦੇ ਹੱਕ ਦੇ ਵਿੱਚ ਅਗੇਂਸਟ ਵੋਟ ਪਾ ਕੇ ਆਇਆ ਖੇਤੀ ਆਰਡੀਨੈਂਸ ਬਿੱਲ ਦੇ, ਸੁਖਬੀਰ ਬਾਦਲ ਕਹਿ ਰਹੇ ਨੇ, ਭਗਵੰਤ ਮਾਨ ਅੰਦਰ ਬੈਠੇ ਕਹਿ ਰਹੇ ਨੇ ਵੋਟਿੰਗ ਹੋਈ ਨਹੀਂ, ਅਤੇ ਇਹੋ ਜਿਹੇ ਮਸਲਿਆਂ ਦੇ ਵਿੱਚ ਵੀ ਸਾਨੂੰ ਉਲਝਾਇਆ ਜਾ ਰਿਹਾ, ਹੈ ਨਾ? ਨਿੱਕੇ ਨਿੱਕੇ ਮਸਲਿਆਂ ਦੇ ਵਿੱਚ ਵੀ ਜਿਹਨਾਂ ਦਾ ਕੋਈ ਤੱਥ ਨਹੀਂ ਬਣਦਾ, ਜਿਹੜੀਆਂ ਚੀਜ਼ਾਂ ਸਾਹਮਣੇ ਆ ਵੀ ਜਾਣੀਆਂ, ਲੋਕ ਉਹਨਾਂ ਮਸਲਿਆਂ 'ਤੇ ਵੀ ਇਹਨਾਂ ਨੂੰ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ। ਖੈਰ, ਆਪਾਂ ਇਸ ਗੱਲ 'ਤੇ ਆਉਂਦੇ ਹਾਂ, ਖੇਤੀ ਆਰਡੀਨੈਂਸ ਹੈ ਜੋ ਇਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ, ਤੁਸੀਂ ਜਿਵੇਂ ਕੀਤੀ ਨਾ ਕਿ ਪਾਗਲ ਬਣਾਇਆ ਜਾ ਰਿਹਾ ਲੋਕਾਂ ਨੂੰ, ਲੋਕਾਂ ਦਾ ਮਸਲਾ ਇਹ ਹੈ ਕਿ ਲੋਕ ਜਿਵੇਂ ਪਹਿਲਾਂ ਗੱਲ ਕੀਤੀ ਕਿ ਭਗਤੀ ਵਿਅਕਤੀ ਭਗਤੀ 'ਚ ਬੜਾ ਪਏ ਨੇ, ਵਿਅਕਤੀ ਪੂਜਕ ਨੇ ਕਿ ਸਾਣੇ ਫਲਾਣੇ ਬੰਦੇ ਨੇ ਕਹਿ ਦਿੱਤਾ, ਅਤੇ ਉਹ ਉਹਨੂੰ ਕਰੀ ਕ੍ਰੋਸ ਚੈੱਕ ਨਹੀਂ ਕਰਦੇ। ਜਿਹੜਾ ਤੁਹਾਡਾ ਫੇਵਰੇਟ ਇਨਸਾਨ ਆ, ਉਹਨੇ ਜੋ ਬਿਆਨ ਦੇ ਦਿੱਤਾ ਕਿ ਭਗਵੰਤ ਮਾਨ ਨੇ ਦਿਆ, ਭਗਵੰਤ ਮਾਨ ਨੇ ਆਪਣਾ ਬਿਆਨ ਦਿੱਤਾ ਕਿ ਇੱਥੇ ਕੌਣ ਵੋਟਿੰਗ ਹੋਈ, ਪਰ ਉੱਥੇ ਵਰਬਲ ਵੋਟਿੰਗ ਹੋਈ ਆ। ਵਰਬਲ ਵੋਟਿੰਗ ਪਹਿਲਾਂ ਹੁੰਦੀ ਆ, ਜਿਹੜੀ ਜਿਹਨੂੰ ਜ਼ਬਾਨੀ ਵੋਟਿੰਗ ਕਿਹਾ ਜਾਂਦਾ ਉਹ ਹੁੰਦੀ ਆ, ਉਹਨਾਂ ਨੇ ਉਹ ਜ਼ਬਾਨੀ ਵੋਟਿੰਗ ਕੀਤੀ ਆ, ਪਰ ਉਹ ਕਹਿ ਰਹੇ ਨੇ ਕਿੱਥੇ ਵੋਟ ਪਾਏ। ਹੁਣ ਇਹ ਜਿਹੜਾ ਮੀਡੀਆ ਬਹੁਤ ਸਾਰਾ, ਹੁਣ ਪਿੱਛੇ ਇੱਕ ਮੀਡੀਆ ਚੈਨਲ ਦੇ ਉੱਤੇ, ਮੈਂ ਨਾਮ ਨਹੀਂ ਲਵਾਂਗਾ ਚੈਨਲ ਦਾ, ਉੱਤੇ ਗੱਲ ਚੱਲ ਰਹੀ ਸੀਗੀ, ਇਹਦੀ ਵਿਪ ਜਿਹੜਾ ਆ ਉਹ ਜਾਰੀ ਕਰ ਦਿੱਤਾ ਉਹਨਾਂ ਨੇ, ਅਕਾਲੀ ਦਲ ਨੇ ਵਿਪ ਜਾਰੀ ਕਰ ਦਿੱਤਾ। ਹੁਣ ਤਾਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਵੀ ਉਹਦੇ ਹੱਕ 'ਚ ਭੁਗਤਣਾ ਪੈਣਾ ਕਿ ਬੰਦਾ ਪੁੱਛੇ ਕਿ ਜਿਹੜਾ ਸੁਖਦੀਪ ਢੀਂਡਸਾ ਸਾਹਿਬ ਨੇ ਉਹ ਤਾਂ ਪਹਿਲਾਂ ਤੋਂ ਹੀ ਅਕਾਲੀ ਦਲ ਤੋਂ ਵੱਖ ਹੋਏ ਨੇ, ਔਰ ਉਹ ਇਸ ਤੋਂ ਪਹਿਲਾਂ ਤੋਂ ਹੀ ਇਹ ਆਰਡੀਨੈਂਸ ਦਾ ਵਿਰੋਧ ਕਰ ਰਹੇ ਨੇ, ਔਰ ਉਹਨਾਂ ਨੂੰ ਲਾਈਨ 'ਤੇ ਲੈ ਕੇ ਪੁੱਛ ਰਹੇ ਨੇ ਕਿ ਹੁਣ ਤਾਂ ਤੁਹਾਨੂੰ ਵਿਪ ਜਾਰੀ ਹੋ ਗਿਆ, ਹੁਣ ਤਾਂ ਤੁਹਾਨੂੰ ਵਿਰੋਧ ਕਰਨਾ ਹੀ ਪੈਣਾ, ਮਤਲਬ ਹੁਣ ਤੁਹਾਨੂੰ ਬਾਹਰ ਨਹੀਂ ਜਾ ਸਕਦੇ। ਵੀ ਜਿੱਦਾਂ ਉਹਨਾਂ ਨੂੰ ਵਿਪ ਨੇ ਹੀ ਬੰਨਿਆ, ਉੱਦਾਂ ਤਾਂ ਉਹਨਾਂ ਦਾ ਕੋਈ ਸਟੈਂਡ ਹੀ ਨਹੀਂ ਸੀ, ਮਤਲਬ ਇਸ ਤਰੀਕੇ ਦੇ ਨਾਲ ਜਿਹੜੀ ਆ ਨਾ ਉਹ ਗੱਲ ਕੀਤੀ ਜਾਂਦੀ ਹੈ। ਔਰ ਜਿੱਦਾਂ ਇੱਕ ਅਖਬਾਰ ਦੇ ਵਿੱਚ ਇਹਨਾਂ ਅਕਾਲੀ ਦਲ ਦੀ ਜਿਹੜੀ ਖਬਰ ਛਪੀ ਹੋਈ ਹੈ ਕਿ ਸਿਰਫ ਸੁਖਬੀਰ ਸਿੰਘ ਬਾਦਲ ਨੇ ਵਿਰੋਧ 'ਚ ਵੋਟ ਪਾਈ, ਆਪ ਔਰ ਕਾਂਗਰਸੀ ਮੈਦਾਨ ਛੱਡ ਕੇ ਭੱਜੇ, ਦੇਖੋ ਮਤਲਬ ਉਹਨਾਂ ਨੇ ਵਾਕਆਊਟ ਕੀਤਾ ਆ, ਉਹਨੂੰ ਕਹਿ ਰਹੇ ਨੇ ਮੈਦਾਨ ਛੱਡ ਕੇ ਭੱਜੇ, ਅਤੇ ਸਿਰਫ ਉਹਨਾਂ ਨੇ ਵੋਟ ਪਾਈ, ਇਹ ਨਹੀਂ ਲਿਖਿਆ ਕਿ ਬੀਬਾ ਹਰਸਿਮਰਤ ਬਾਦਲ ਕਿਉਂ ਨਹੀਂ ਗਏ, ਉਹ ਮੰਤਰੀ ਨੇ, ਹਾਲਾਂਕਿ ਮਤਲਬ ਸੰਬੰਧਿਤ ਮੰਤਰਾਲੇ ਦੇ ਵੀ ਨੇ, ਸੰਬੰਧਿਤ ਮੰਤਰਾਲੇ ਦੇ ਨੇ, ਉਹ ਗਏ ਨਹੀਂ, ਪਰ ਮੀਡੀਆ ਨੂੰ ਇਹੋ ਜਿਹਾ ਗੁਸਤਾਖ, ਘੱਟੋ ਘੱਟ ਝੂਠ ਹੀ ਬੋਲਦੇ ਹੋ ਉੱਥੇ ਅਖਬਾਰ ਦੇ ਵਿੱਚ, ਜਿੱਦਾਂ ਹੁੰਦਾ ਨਾ ਸੈਂਟਰ ਦੇ ਵਾਲੇ ਝੂਠ ਬੋਲ ਦਿੰਦੇ ਹੁੰਦੇ ਆ ਜੀ, ਆਪਣਾ ਜੀ ਅਮਿਤ ਸ਼ਾਹ ਨੂੰ ਕਰੋਨਾ ਹੋ ਗਿਆ ਜੀ, 14 ਦਿਨ ਵਾਸਤੇ ਉਹ ਇਸ ਕਰਕੇ ਰਾਮ ਮੰਦਿਰ ਨਹੀਂ ਜਾਣਗੇ, ਇਹੋ ਜਿਹਾ ਕੋਈ ਸ਼ੋਸ਼ਾ ਹੀ ਛੱਡ ਦਿੰਦੇ। ਅੱਛਾ ਜੀ, ਅਕਾਲੀ ਦਲ ਦੀ ਜਿਹੜੀ ਗੱਲ ਆਪਾਂ ਕਰ ਰਹੇ ਸੀ, ਅਕਾਲੀ ਦਲ ਦੇ ਵਿੱਚ ਨਾ ਹੁਣ ਇੱਕ ਚਰਚਾ ਚੱਲ ਰਹੀ ਹੈ, ਹੁਣ ਅਕਾਲੀ ਦਲ ਸੁਖਬੀਰ ਬਾਦਲ ਨੇ ਪਾਰਲੀਮੈਂਟ 'ਚ ਕਿਸਾਨਾਂ ਦਾ ਹੱਕ ਤਾਂ ਲੈ ਲਿਆ, ਇਹ ਆਪਾਂ ਨੂੰ ਪਤਾ, ਅਤੇ ਉਹ ਆਰਡੀਨੈਂਸ ਦੇ ਖਿਲਾਫ ਬੋਲੇ ਨੇ, ਸਭ ਨੂੰ ਪਤਾ, ਚਾਹੇ ਉਹ ਯੂ ਟਰਨ ਸੀ ਚਾਹੇ ਵੀ ਟਰਨ ਸੀ ਕੁਛ ਵੀ ਹੈ, ਹੈ ਨਾ? ਪਰ ਸਾਡੇ ਜਿਹੜੇ ਪੰਜਾਬੀ ਨੇ ਉਹਨਾਂ ਦੇ ਦਿਲ ਹਮੇਸ਼ਾ ਹਾਜ਼ਰ ਹੁੰਦੇ ਨੇ, ਉਹ ਥੋੜ੍ਹੀ ਜਿਹੀ ਗੱਲ ਨਾਲ ਹੀ ਜਿੱਤੇ ਜਾ ਸਕਦੇ ਨੇ। ਹੁਣ ਤੁਹਾਨੂੰ ਲੱਗਦਾ ਵੀ ਬਰਗਾੜੀ ਕਾਂਡ ਤੋਂ ਬਾਅਦ ਜਾਂ 10 ਸਾਲ ਰਾਜ ਕਰਨ ਤੋਂ ਬਾਅਦ ਜਾਂ ਨਸ਼ੇ ਵਾਲੇ ਇਲਜ਼ਾਮਾਂ ਤੋਂ ਬਾਅਦ ਅਕਾਲੀ ਦਲ ਜਿਹੜਾ ਸੀਗਾ ਉਹ ਕਾਫੀ ਬਦਨਾਮ ਹੋ ਗਿਆ ਸੀ, ਅਤੇ ਹੁਣ ਅਗਰ ਜੋ ਕਿਉਂਕਿ ਇਹਨਾਂ ਦੇ ਮੇਨ ਵਰਕਰਸ ਦੇ ਵਿੱਚੋਂ ਨਾ ਮੁੱਖ ਵਰਕਰਸ ਦੇ ਵਿੱਚੋਂ ਸੰਕੇਤ ਆ ਰਹੇ ਹੈ, ਦਰਸ਼ਕੋ ਤੁਸੀਂ ਵੀ ਸੁਣਦੇ ਹੋਵੋਗੇ ਅਟਕਲਾਂ,
ਆਰਡੀਨੈਂਸ ਪਾਸ ਕਰਨ ਤੋਂ ਪਹਿਲਾਂ ਜਾਂ ਉਹਨਾਂ ਨੇ ਯੂ ਟਰਨ ਵੀ ਲਿਆ ਹੋਵੇ ਤਾਂ ਇਸ ਕਰਕੇ ਅਸੀਂ ਮੈਂ ਆਪਦੀ ਵਜ਼ੀਰੀ ਛੱਡਦਾ। ਖਬਰ ਆ ਰਹੀ ਹੈ ਕਿ ਉਹ ਆਪਣੀ ਵਜ਼ਾਰਤ ਨੂੰ ਲੱਤ ਮਾਰ ਸਕਦੇ ਨੇ ਅਤੇ ਇਹ ਇੱਕ ਅਕਾਲੀ ਦਲ ਦਾ ਕਮਬੈਕ ਹੋ ਸਕਦਾ। ਹਾਲਾਂਕਿ ਭਲਾ ਤੁਸੀਂ ਵੀ ਗੁਸਤਾਖ ਜੀ ਜਾਣਦੇ ਹੋ ਕਿ ਅਗਰ ਸੁਖਬੀਰ ਬਾਦਲ ਵਜ਼ਾਰਤ ਛੱਡ ਵੀ ਦੇਣ, ਹੁਣ ਸੈਂਟਰ ਇਹ ਗੱਲ ਨੂੰ ਐਂ ਤਾਂ ਕਹਿਣ ਨਹੀਂ ਲੱਗਾ ਉਹ ਹੋਰ ਸੀ ਸਾਡੇ ਬਾਦਲ ਸਾਹਿਬ ਚਲੇ ਗਏ, ਅਸੀਂ ਤਾਂ ਬਿੱਲ ਵਾਪਸ ਲੈਣ ਲੱਗੇ ਹਾਂ। ਐਕਚੁਅਲ ਕੋਈ ਫਰਕ ਪਵੇ ਨਾ ਪਵੇ, ਪਰ ਜਿਵੇਂ ਮੈਂ ਕਿਹਾ ਸਾਡੇ ਪੰਜਾਬੀਆਂ ਨੂੰ ਜਿੱਤਣਾ ਸੌਖਾ ਹੈ ਤਾਂ ਪੰਜਾਬੀਆਂ ਦਾ ਦਿਲ ਜਿੱਤਣ ਵਾਸਤੇ ਅਕਾਲੀ ਦਲ ਦਾ ਵੱਡਾ ਕਮਬੈਕ ਹੋਊਗਾ ਜੇ ਵਜ਼ਾਰਤ ਨੂੰ ਛੱਡ ਦੇਣਗੇ। ਸੁਖਬੀਰ ਬਾਦਲ ਦੀ ਵਜ਼ਾਰਤ ਨੂੰ ਛੱਡਣਗੇ ਕਿ ਨਹੀਂ ਛੱਡਣਗੇ ਜਾਂ ਕਿੰਨੀ ਕੁ ਪਿਆਰੀ ਹੈ ਉਹ ਮਨਿਸਟਰੀ ਲਾਲ ਬੱਤੀ ਇਹਨਾਂ ਨੂੰ, ਇਹ ਗੱਲ ਤਾਂ ਹੁਣ ਉਹ ਜਾਣਦੇ ਨੇ, ਪਰ ਖਬਰਾਂ ਆ ਰਹੀਆਂ ਵੀ ਹੋ ਸਕਦਾ ਜੇ ਹੋਇਆ ਤਾਂ ਵੱਡਾ ਹੋਊਗਾ ਇਹ ਥੋੜ੍ਹਾ ਜਿਹਾ, ਹੈ ਨਾ, ਧਮਾਕਾ ਹੋਊਗਾ ਜੀ। ਜੀ ਧਮਾਕਾ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਨਾ, ਪੰਜਾਬੀਆਂ ਦੇ ਮਨ ਭੋਲੇ ਨੇ, ਪੰਜਾਬੀ ਭੋਲੇ ਲੋਕ ਨੇ, ਇਹ ਭਾਸ਼ਣਾਂ ਦੀ ਜਿਹੜੀ ਰਾਜਨੀਤੀ ਆ ਉਹ ਛੇਤੀ ਆ ਜਾਂਦੇ ਨੇ। ਭਾਸ਼ਣਾਂ ਤੋਂ ਉੱਪਰੋਂ ਕੋਈ ਕਹਿ ਦੇ ਕਿ ਅਸੀਂ ਤਾਂ ਕੁਰਬਾਨੀ ਦਿਆਂਗੇ, ਅਸੀਂ ਤੁਹਾਡੇ ਲਈ ਜਾਨ ਦੇ ਦਿਆਂਗੇ, ਅਸੀਂ ਫਲਾਣੀ ਵਾਰਾਂ ਵੀ ਅੱਜ ਕੀਤਾ ਸੀ, ਅਸੀਂ ਉਦੋਂ ਉਸ ਸਥਾਨ ਦੇ ਵਿੱਚ ਉਦੋਂ ਵੀ ਅਸੀਂ ਆਹ ਕੀਤਾ ਸੀ, ਉਹਦਾ ਹੋ ਸਕਦਾ ਸਿਆਸੀ ਲਾਭ ਉਹਨਾਂ ਨੂੰ ਹੋ ਜਾਵੇ ਥੋੜ੍ਹਾ ਬਹੁਤ। ਪਰ ਜੇ ਕਹੀਏ ਕਿ ਸੈਂਟਰ 'ਤੇ ਇਹਦਾ ਕੋਈ ਪ੍ਰਭਾਵ ਪੈਣ ਵਾਲਾ, ਸੈਂਟਰ ਦੇ ਵਿੱਚ ਭਾਜਪਾ ਸਰਕਾਰ ਆਲਰੇਡੀ ਜਿਹੜੀ ਆ ਉਹ ਬਹੁਮਤ ਦੇ ਵਿੱਚ ਆ, ਜੇ ਸਰਕਾਰ ਉਹ ਜਿਹੜੇ ਬਿੱਲਾਂ ਨੂੰ ਪਹਿਲਾਂ ਹੀ ਵਾਪਸ ਲੈ ਲੈਂਦੀ ਆ, ਦਬਾਅ ਬਣਾਉਂਦੇ ਨੇ, ਫਿਰ ਇਹਨਾਂ ਦੀ ਕਿਸੇ ਜਿਹੜੀ ਅਸਤੀਫੇ ਦਾ ਕੋਈ ਕਾਰਨ ਬਣਦਾ। ਜੇ ਹੁਣ ਤਾਂ ਇਹ ਆਮ ਲੋਕਾਂ ਨੂੰ ਦਿਸਦਾ ਹੀ ਹੈ ਕਿ ਇਹਨਾਂ ਨੇ ਯੂ ਟਰਨ ਲਿਆ, ਹੁਣ ਤਾਂ ਉਹ ਇਹ ਅਸਤੀਫਾ ਦੇ ਦੇਣ ਜਾਂ ਉਹ ਕਹਿ ਦੇਣ ਕਿ ਸਤਿ ਸ਼੍ਰੀ ਅਕਾਲ ਬੁਲਾਓ ਔਰ ਮੱਥਾ ਟੇਕ ਕੇ ਚਲੇ ਜਾਓ ਜੀ, ਉਹ ਵੀ ਕਹਿ ਸਕਦੇ ਆ। ਇਸ ਵੇਲੇ ਤਾਂ ਇਹੋ ਜਿਹੇ ਹਾਲਾਤ ਨੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਪੰਜਾਬ 'ਚ ਤਾਂ ਪੈ ਸਕਦਾ, ਪੰਜਾਬ ਦੇ ਵਿੱਚ ਇਹ ਫਰਕ ਪੈ ਸਕਦਾ, ਪਰ ਇਹਨਾਂ ਨੂੰ ਦਬਾਅ ਬਣਾਉਣਾ ਪੈਣਾ ਕਿ ਜੇ ਸਿਰਫ ਅਸਤੀਫਾ ਦਿੱਤਿਆਂ ਨਹੀਂ ਗੱਲ ਬਣਨੀ ਕਿ ਅਸਤੀਫਾ ਦੇ ਕੇ ਤੁਸੀਂ ਕਹਿ ਦਿਓ ਕਿ ਅਸੀਂ ਕੱਲ੍ਹ ਤੁਪਕਾ ਖੂਨ ਦਾ ਵਹਾ ਕੇ ਕਹੋਗੇ ਅਸੀਂ ਧੌਣ ਲਵਾ ਲਈ ਆ, ਹਾਂਜੀ ਉਂਝ ਨਹੀਂ ਹੋਣ ਲੱਗਾ। ਹੁਣ ਜਿਹੜੇ ਲੋਕ ਬੜੇ ਉਹਨਾਂ ਦੇ ਉੱਥੇ ਜਾ ਕੇ ਬਾਦਲ ਪਿੰਡ ਦੇ ਵਿੱਚ ਵੀ ਬੈਠੇ ਹੋਏ ਆ, ਇਹੋ ਜਿਹੇ ਪਹਿਲਾਂ ਕਦੀ ਹਾਲਾਤ ਬਣੇ ਨਹੀਂ, ਇਹ ਜਿਹੜੀਆਂ ਗੱਲਾਂ ਸਪਸ਼ਟ ਹੋਈਆਂ ਨੇ। ਜੇ ਉਹਨਾਂ ਨੂੰ ਅਸਤੀਫਾ ਦਿੱਤਿਆਂ ਨਹੀਂ ਸਰਨਾ, ਮਤਲਬ ਕਹਿਣਾ ਇਹ ਮੈਂ ਚਾਹ ਰਿਹਾ ਕਿ ਜਿਹੜਾ ਇਹਦਾ ਜੇ ਜਿਹੜੇ ਬਿੱਲ ਹੈਗੇ ਆ ਇਹ ਜਿਹੜੇ ਪਾਸ ਹੀ ਨਾ ਹੋਣ ਜਾਂ ਉੱਥੇ ਪੇਸ਼ ਹੀ ਨਾ ਕੀਤੇ ਜਾਣ ਕਿ ਇਹਨਾਂ ਨੂੰ ਉੱਤੇ ਕਿਸ ਤਰ੍ਹਾਂ ਦੀ ਚਰਚਾ ਹੋਵੇ ਜਾਂ ਇਹਨਾਂ ਨੂੰ ਵਾਪਸ ਲੈ ਲਿਆ ਜਾਵੇ ਬਿੱਲਾਂ ਨੂੰ, ਜਾਂ ਵਾਪਸ ਲੈ ਲਿਆ ਜਾਵੇ ਜਾਂ ਇਹ ਪਾਸ ਹੁੰਦੇ ਨੇ ਤਾਂ ਪੰਜਾਬ 'ਤੇ ਇਹਨਾਂ ਦਾ ਪ੍ਰਭਾਵ ਜਿਹੜਾ ਆ ਉਹਨੂੰ ਬਦਲਿਆ ਜਾ ਸਕੇ, ਇਹ ਕਿਸੇ ਤਰੀਕੇ ਨਾਲ ਦਬਾਅ ਬਣਾਉਣ ਸਰਕਾਰ ਦੇ ਉੱਪਰ ਕਿ ਘੱਟੋ ਘੱਟ ਪੰਜਾਬ ਬਾਰੇ ਹਰਿਆਣਾ ਬਾਰੇ ਇਹ ਕਿਸੇ ਤਰੀਕੇ ਨਾਲ ਯੂਨਾਈਟ ਹੋ ਕੇ ਕਿ ਇਸ ਉੱਤਰੀ ਭਾਰਤ ਦੇ ਇਹਨਾਂ ਜ਼ਿਲ੍ਹਿਆਂ ਇਹਨਾਂ ਰਾਜਾਂ ਦੇ ਉੱਤੇ ਕਿਸੇ ਇਹਦੇ ਵਿੱਚ ਕੁਝ ਟਰਮ ਐਂਡ ਕੰਡੀਸ਼ਨ ਇਸ ਤਰੀਕੇ ਦੀਆਂ ਪਾ ਦਿੱਤੀਆਂ ਜਾਣ ਕਿ ਬਾਕੀ ਭਾਰਤ 'ਤੇ ਕੁਝ ਹੋਣਾ, ਇੱਥੇ ਕੁਝ ਇਹਨਾਂ ਦਾ ਬਦਲਵੇਂ ਪ੍ਰਭਾਵ ਜਿਹੜੇ ਆ ਉਹ ਪੈਣ, ਫਿਰ ਕੋਈ ਉਹਦਾ ਹੱਲ ਨਿਕਲਣਾ। ਜੇ ਅਸਤੀਫਾ ਦੇ ਕੇ ਜੇ ਕਾਨੂੰਨ ਉਸੇ ਤਰ੍ਹਾਂ ਹੀ ਆ ਜਾਣਾ ਆ ਤਾਂ ਉਹਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਣਾ, ਨਾ ਕਾਂਗਰਸ ਨੂੰ ਫਾਇਦਾ ਹੋਣਾ। ਕਾਂਗਰਸ ਖਿੱਚੇਗੀ ਇਸ ਮਸਲੇ ਨੂੰ ਜਿਹੜਾ ਇਹਨਾਂ ਨੇ ਅਕਾਲੀਆਂ ਨੇ ਕੀਤਾ, ਇਸ ਮਸਲੇ ਨੂੰ ਹਮੇਸ਼ਾ ਇਹਨੂੰ 2022 ਤੱਕ ਹੋ ਸਕਦਾ ਖਿੱਚ ਕੇ ਲੈ ਕੇ ਜਾਵੇ ਕਾਂਗਰਸ, ਪਰ ਇਹਦਾ ਆਮ ਕਿਸਾਨਾਂ ਨੂੰ ਉਹਨਾਂ ਤੱਕ ਲਾਭ ਨਹੀਂ ਹੋ ਸਕਦਾ ਜਿੰਨਾ ਤੱਕ ਇਹ ਵੱਡਾ ਫਰੰਟ ਬਣ ਕੇ ਇਹ ਸਰਕਾਰ ਦੇ ਨਾਲ ਸੈਂਟਰ ਸਰਕਾਰ ਦੇ ਨਾਲ ਪੂਰੀ ਆਮੋ ਸਾਹਮਣੇ ਗੱਲਬਾਤ ਨਹੀਂ ਹੁੰਦੀ। ਨਰਿੰਦਰ ਮੋਦੀ ਨੇ ਵੱਡੇ ਫੈਸਲੇ ਲਏ ਨੇ, ਚਾਹੇ ਉਹ ਨੋਟਬੰਦੀ ਦਾ ਫੈਸਲਾ ਹੋਵੇ, ਚਾਹੇ ਉਹ 370 ਕਸ਼ਮੀਰ ਦਾ ਫੈਸਲਾ ਹੋਵੇ, ਚਾਹੇ ਹਾਲ ਹੀ ਦੇ ਵਿੱਚ NRCCA ਦਾ ਫੈਸਲਾ ਹੋਵੇ, ਇਹ ਉਹਨਾਂ ਦਾ ਰਿਕਾਰਡ ਰਿਹਾ ਨਰਿੰਦਰ ਮੋਦੀ ਦਾ ਵੀ ਸਮੁੱਚੇ ਭਾਰਤ ਦੇ ਵਿੱਚ ਥਾਂ ਥਾਂ 'ਤੇ NRCCA ਦੇ ਵਿਰੋਧ ਦੇ ਵਿੱਚ ਐਡੇ ਐਡੇ ਸੰਘਰਸ਼ ਹੋਏ, ਐਡੀਆਂ ਐਡੀਆਂ ਲੜਾਈਆਂ ਹੋਈਆਂ, ਇੰਨੇ ਪ੍ਰਦਰਸ਼ਨ ਰੋਸ ਪ੍ਰਦਰਸ਼ਨ ਕੀਤੇ ਗਏ, ਇੰਨੇ ਰੋਡ ਬਲੋਕ ਕੀਤੇ ਗਏ, ਪਰ ਉਹ ਫੈਸਲਾ ਵਾਪਸ ਨਹੀਂ ਲਿਆ ਗਿਆ। ਅਤੇ ਕਿਸਾਨ ਵੀਰੋ, ਇਹ ਇੱਕ ਗੱਲ ਬਹੁਤ ਵੱਡੀ ਹੈ, ਜੇ ਅਗਰ ਕਿਸਾਨਾਂ ਦੇ ਬੱਚੇ ਹੋ, ਨੌਜਵਾਨ ਮੁੰਡਿਆਂ ਨੂੰ ਅਪੀਲ ਹੈ, ਅਗਰ ਸੱਚਮੁੱਚ ਤੁਸੀਂ ਕਿਸਾਨੀ ਨੂੰ, ਕਿਉਂਕਿ ਬਤੌਰ ਪੱਤਰਕਾਰ ਵੈਸੇ ਸਾਨੂੰ ਬੈਲੈਂਸ ਰਹਿਣਾ ਚਾਹੀਦਾ, ਸਾਨੂੰ ਇੱਕ ਗੱਲ ਕਰਨੀ ਚਾਹੀਦੀ ਹੈ, ਪਰ ਇਹ ਕਿਸਾਨੀ ਨੂੰ ਸਿੱਧੀ ਸਿੱਧੀ ਮਾਰ ਹੈ। ਫਿਰ ਅਸੀਂ ਵੀ ਉਹਨੂੰ ਸਪਸ਼ਟ ਕਹਾਂਗੇ ਕਿ ਕਿਸਾਨੀ ਨੂੰ ਅਗਰ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਬਹੁਤ ਵੱਡਾ ਸੰਘਰਸ਼ ਵੱਢਣਾ ਪਏਗਾ, ਕਿਉਂਕਿ ਨਰਿੰਦਰ ਮੋਦੀ ਭਾਜਪਾ ਸਰਕਾਰ ਨੇ ਅੱਜ ਤੱਕ ਆਪਣੇ ਦਿੱਤੇ ਗਏ ਫੈਸਲਿਆਂ ਨੂੰ ਵਾਪਸ ਨਹੀਂ ਲਿਆ ਗਿਆ। ਬਿੱਲ ਆਇਆ, ਸਮਝ ਲਓ ਪਾਸ ਹੋ ਗਿਆ, ਸੁਖਬੀਰ ਬਾਦਲ ਦੀ ਵਜ਼ਾਰਤ ਨੂੰ ਛੱਡਣਾ ਉਹਨਾਂ ਦਾ, ਜਿਵੇਂ ਇਹਨਾਂ ਨੇ ਕਲੀਅਰ ਕੀਤਾ ਕਿ ਉਹ ਬਹੁਤੀਆਂ ਵੱਡੀਆਂ ਫਰਕ ਵਾਲੀਆਂ ਗੱਲਾਂ ਨਹੀਂ, ਸ਼ਾਇਦ ਇਹ ਆਪਣੇ ਸਿਆਸੀ ਲਾਭ ਦੇ ਲਈ ਕੁਛ ਵੀ ਕਰ ਸਕਣ ਇਹਨਾਂ ਦੀਆਂ ਗੱਲਾਂ ਦੇ ਵਿੱਚ ਜਾਂ ਲੀਡਰਾਂ ਦੀਆਂ ਗੱਲਾਂ ਦੇ ਵਿੱਚ ਆਉਣ ਨਾਲੋਂ ਜ਼ਿਆਦਾ ਸਾਨੂੰ ਗਰਾਊਂਡ ਲੈਵਲ 'ਤੇ ਜਿਹੜਾ ਸੰਘਰਸ਼ ਆ ਉਹ ਕਾਇਮ ਕਰਨਾ ਚਾਹੀਦਾ, ਅਤੇ ਨੌਜਵਾਨਾਂ ਨੂੰ ਮੈਨੂੰ ਲੱਗਦਾ ਵਿੱਚ ਆਉਣਾ ਜ਼ਰੂਰੀ ਹੈ, ਕਿਉਂਕਿ ਨੌਜਵਾਨ ਦੀ ਜਿਹੜੀ ਸ਼ਮੂਲੀਅਤ ਆ ਬਹੁਤ ਕਹਿੰਦੇ ਨੌਜਵਾਨ ਤਖਤੇ ਪਲਟ ਦਿੰਦੇ ਹੁੰਦੇ, ਪਰ ਸਾਡੇ ਨੌਜਵਾਨ ਤਾਂ ਜੀ ਗੁਸਤਾਖ ਜੀ ਕਲਾਕਾਰਾਂ ਦੇ ਵਿੱਚ ਕਲਾਕਾਰਾਂ ਤੋਂ ਇੱਕ ਗੱਲ ਜਿਹੜੀ ਹੋਰ ਬੜੀ ਚੱਲ ਰਹੀ ਆ ਸਮਾਜ ਦੇ ਵਿੱਚ, ਆਮ ਤੁਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਕਲਾਕਾਰ ਜਿਹੜੇ 5-4 ਮੁੱਖ ਕਲਾਕਾਰ ਨੇ ਪੰਜਾਬ ਦੇ ਗਾਉਣ ਵਾਲੇ ਨੇ, ਉਹਨਾਂ ਨੇ ਇਹ ਆਪਣੇ ਬਿਆਨ ਦਿੱਤੇ ਨੇ ਕਿ ਅਸੀਂ ਵੀ ਇਸ ਕਿਸਾਨ ਅੰਦੋਲਨ ਦੇ ਵਿੱਚ ਅਸੀਂ ਕਿਸਾਨਾਂ ਦੇ ਨਾਲ, ਉਹ ਸਿਰਫ ਮਤਲਬ ਸਾਡੇ ਵਾਂਗੂ ਅਸੀਂ, ਮੈਂ ਆਪਣੇ ਆਪ ਨੂੰ ਵਿੱਚ ਹੀ ਗਿਣਦਾ, ਸਾਡੇ ਵਰਗੇ ਅਸੀਂ ਵੀ ਬਹੁਤ ਘੱਟ ਸਮਾਂ ਦੇ ਪਾ ਰਹੇ ਹਾਂ ਇੱਥੇ, ਪੂਰੀ ਤਰੀਕੇ ਨਾਲ ਅਸੀਂ ਸਮਾਂ ਨਹੀਂ ਦੇ ਪਾ ਰਹੇ, ਪਰ ਉਹਨਾਂ ਨੇ ਵੀ ਘਰੋਂ ਹੀ ਬਿਆਨ ਦੇ ਦਿੱਤੇ ਆ, ਇਹ ਸਿਆਸੀ ਰੈਲੀਆਂ ਦੇ ਵਿੱਚ ਭੀੜ ਇਕੱਤਰ ਕਰਨ ਦਾ ਕੰਮ ਤਾਂ ਕਰਦੇ ਰਹੇ ਆ ਗਾਇਕ ਇਹ,
ਉੱਥੇ ਕਹਿ ਦਿੱਤਾ ਜਾਂਦਾ ਸੀ ਕਿ ਵੀ ਫਲਾਣੇ ਦਾ ਗਾਇਕ ਦਾ ਅਖਾੜਾ ਲੱਗਣਾ, ਉਹ ਅਖਾੜਾ ਵੇਖਣ ਹੀ ਜਿਹੜੇ ਨੌਜਵਾਨ ਜਿਹੜੇ ਆ ਮੈਚਿਓਰ ਨਹੀਂ ਹੈਗੇ, ਉਹ ਸਿਰਫ ਅਖਾੜਾ ਵੇਖਣ, ਉਹਦਾ ਨਾਂ ਕਿ ਉਹਦਾ ਨਾਂ ਉਹਨਾਂ ਨੇ ਖਣਵਾਉਣ ਵਾਸਤੇ ਉਹ ਆਪਣੀ ਜਾਨ ਦੇਣ ਵਾਸਤੇ ਤਿਆਰ ਹੋਏ ਨੇ ਕਿ ਮੇਰਾ ਨਾਂ ਲਿਖ ਦਿਓ ਉੱਥੇ ਮੇਰੇ ਫੇਵਰੇਟ ਗਾਇਕ ਦਾ। ਸੋ ਐਸੀ ਇੱਥੋਂ ਤੱਕ ਇਹਨਾਂ ਦੀ ਦੀਵਾਨਗੀ, ਇੱਥੋਂ ਤੱਕ ਚਲੋ ਆਪਾਂ ਆਪਣੀ, ਮੈਂ ਉੱਤੇ ਕਹਿੰਦਾ ਨਹੀਂ, ਚਲੋ ਕਿਸੇ ਦਾ ਪ੍ਰਤੀ ਜਨੂੰਨ ਆ, ਪਰ ਜਿਹੜਾ ਮਸਲਾ ਇਹ ਹੈ ਕਿ ਇਹ ਜਿਹੜੇ ਗਾਇਕ ਨੇ ਇਹਨਾਂ ਨੂੰ ਇਸ ਵੇਲੇ ਮੈਦਾਨ 'ਚ ਉਤਰਨ ਦੀ ਲੋੜ ਹੈ, ਤਾਂ ਕਿ ਜੇ ਤੁਸੀਂ ਸਰਕਾਰ ਲਈ ਭੀੜ ਇਕੱਤਰ ਕੀਤੀ ਆ, ਅੱਜ ਕਿਸਾਨਾਂ ਲਈ ਵੀ ਭੀੜ ਇਕੱਤਰ ਕਰੋ, ਅੱਜ ਰੋਡ ਜਾਮ ਕਰੋ, ਤੁਹਾਡੇ ਨਾਲ ਇੰਨੇ ਲੋਕ ਇਕੱਠੇ ਹੋ ਜਾਂਦੇ ਨੇ ਤਾਂ ਤੁਹਾਨੂੰ ਆਉਣਾ ਬਣਦਾ, ਕਿਸਾਨਾਂ ਦੇ ਬੱਚੇ ਹੋ ਤੁਸੀਂ। ਬਿਲਕੁਲ ਬਿਲਕੁਲ ਜੀ, ਇਹ ਸਿਰਫ ਬਿਆਨ ਦੇਣੇ ਕਿ ਅਸੀਂ ਤੁਹਾਡੇ ਨਾਲ ਹਾਂ ਜੀ, ਜੈ ਜਵਾਨ ਜੈ ਕਿਸਾਨ ਜੈ ਮਜ਼ਦੂਰ। ਹੁਣ ਕਿਸਾਨ ਅਤੇ ਮਜ਼ਦੂਰ ਦੀ ਏਕਤਾ ਵੀ ਯਾਦ ਆ ਗਈ ਹੈ, ਉਦੋਂ ਮਜ਼ਦੂਰਾਂ ਦੀ ਜਦੋਂ ਕੋਈ ਪਿਛਲੇ ਝੋਨੇ ਵਾਲੀ ਗੱਲ ਮੈਂ ਕੀਤੀ ਸੀ, ਉਦੋਂ ਮਜ਼ਦੂਰਾਂ ਦੀ ਨਹੀਂ ਕੋਈ ਯਾਦ ਆਈ ਕਿ ਉਦੋਂ ਵੀ ਮਜ਼ਦੂਰ ਏਕਤਾ ਹੁੰਦੀ ਆ। ਹੁਣ ਮਜ਼ਦੂਰ ਲਿਆਓ ਉਹੀ ਭਰ ਕੇ ਉੱਥੋਂ ਕਿ ਕਿਸਾਨ ਮਜ਼ਦੂਰ ਏਕਤਾ ਕਰਨੀ ਆ। ਚਲੋ ਇਹ ਮਸਲੇ ਇਸ ਵੇਲੇ ਨਹੀਂ ਸਾਨੂੰ ਵਿਚਾਰਨੇ, ਇਸ ਵੇਲੇ ਇਕੱਠੇ ਹੋ ਕੇ ਲੜਨਾ ਚਾਹੀਦਾ। ਅਗਰ ਹੁਣ ਵੀ ਕੋਈ ਆਇਆ ਸਾਹਮਣੇ ਤਾਂ ਮੈਨੂੰ ਲੱਗਦਾ ਬਹੁਤ ਚੰਗੀ ਗੱਲ ਹੈ। ਕੁਝ ਸਿੰਗਰ ਸਾਹਮਣੇ ਆਏ ਨੇ, ਰਣਜੀਤ ਬਾਵੀ ਹੋਰਾਂ ਦੀ ਗੱਲ ਕਰੀਏ, ਜਸ ਬਾਜਵਾ ਅਤੇ ਦੀਪ ਸਿੱਧੂ ਹੋਰੇ, ਚਲੋ ਸਿੰਘ ਕੁਛ ਸਾਹਮਣੇ ਆਏ ਨੇ, ਸਾਰਿਆਂ ਨੂੰ ਆਉਣਾ ਚਾਹੀਦਾ ਕਿਉਂਕਿ ਅਸੀਂ ਉਹਨਾਂ ਕਿਸਾਨਾਂ ਦੇ ਬੱਚੇ, ਖਾਸ ਕਰਕੇ ਜਿੰਨੇ ਸਿੰਗਰਸ ਨੇ ਜਾਂ ਜਿਨ੍ਹਾਂ ਨੂੰ ਇਹਨਾਂ ਨੂੰ ਲੋਕਾਂ ਨੇ ਬਣਾਇਆ, ਇਹਨਾਂ ਨੂੰ ਬਣਾਉਣ ਵਾਲੇ ਵੀ ਉੱਥੇ ਰੋਟੀ ਖਾਂਦੇ ਨੇ ਖੇਤਾਂ ਦੇ ਵਿੱਚ, ਉਹ ਵੀ ਕਿਸਾਨਾਂ ਦੇ ਬੱਚੇ ਨੇ, ਅਤੇ ਇਹ ਇੱਥੋਂ ਤੱਕ ਪਹੁੰਚੇ ਨੇ, ਤਾਂ ਇਹਨਾਂ ਨੇ ਬਾਪ ਮਾਂ ਬਾਪ ਵੀ ਕਿਸਾਨ ਸੀਗੇ, ਉੱਥੋਂ ਤੱਕ ਪਹੁੰਚੇ ਨੇ। ਕਿਸਾਨੀ ਨੂੰ ਬਚਾਉਣ ਦਾ ਇਹ ਜਿਹੜਾ ਸਮਾਂ, ਇਹ ਤੁਸੀਂ ਇਹਨੂੰ ਪਲੀਜ਼ ਲੋਕਾਂ ਦੇ ਲਈ ਤੁਹਾਨੂੰ ਆਉਣਾ ਚਾਹੀਦਾ ਸਾਹਮਣੇ, ਕਲਾਕਾਰਾਂ ਨੂੰ ਵੀ ਸਾਡੇ ਵੱਲੋਂ ਅਪੀਲ ਹੈ। ਅੱਛਾ, ਕੀ ਕਹਿੰਦੇ ਹੋ ਕਿ ਜਿਹੜਾ ਇਹ ਬਿੱਲ ਹੈ, ਇਹ ਕੁਛ ਜਿਹੜੇ ਨੌਜਵਾਨ ਨੇ, ਕੁਛ ਤੁਸੀਂ ਦੇਖਿਆ, ਚਲੋ ਆਪਾਂ ਕਲਾਕਾਰਾਂ ਦੀ ਗੱਲ ਤਾਂ ਕਰ ਲਈ, ਆਪਾਂ ਨੌਜਵਾਨਾਂ ਨੂੰ ਇੰਨਾ ਨਹੀਂ ਇਸ ਵਾਰੀ ਕਹਿ ਸਕਦੇ, ਕਿਉਂਕਿ ਅਸੀਂ ਕਹਿ ਦਿੰਦੇ ਨੌਜਵਾਨ ਕਿਸਾਨ ਦੇ, ਕਿਸਾਨਾਂ ਦੇ ਸੰਘਰਸ਼ਾਂ 'ਚ ਆਉਂਦੇ ਨਹੀਂ, ਪਰ ਇਸ ਵਾਰੀ ਆਪਾਂ ਇੰਨਾ ਨਹੀਂ ਕਹਿ ਸਕਦੇ, ਕਿਉਂਕਿ ਨੌਜਵਾਨ ਚਾਹੇ ਫੇਸਬੁੱਕ ਦੇ ਜ਼ਰੀਏ ਵੀ ਹੈ, ਵੈਸੇ ਗਰਾਊਂਡ ਲੈਵਲ 'ਤੇ ਬਹੁਤ ਜਗ੍ਹਾ 'ਤੇ ਆਇਆ, ਮੈਂ ਕਵਰ ਕਰਦਾ ਰਿਹਾ, ਤਾਂ ਨੌਜਵਾਨ ਆਇਆ ਹੋਇਆ ਗੁਸਤਾਖ ਜੀ ਇਸ ਵਾਰ ਮੈਦਾਨ, ਨੌਜਵਾਨ ਤਖਤੇ ਪਲਟਣ ਗਿਆ ਨਹੀਂ, ਸਮੇਂ ਦੇ ਨਾਲ ਇਸ ਗੱਲ ਦਾ ਫਰਕ ਤਾਂ ਪਿਆ। ਪਹਿਲਾਂ ਜਿਹੜਾ ਸੋਸ਼ਲ ਮੀਡੀਆ ਨਾ, ਹਰ ਇੱਕ ਚੀਜ਼ ਦਾ ਕੋਈ ਨੁਕਸਾਨ ਵੀ ਹੁੰਦੇ ਨੇ, ਫਾਇਦੇ ਵੀ ਹੁੰਦੇ ਨੇ। ਸੋਸ਼ਲ ਮੀਡੀਆ ਰਾਹੀਂ ਲੋਕ ਜਿਹੜੇ ਇੱਕ ਦੂਜੇ ਨਾਲ ਜੁੜੇ ਵੀ ਬਹੁਤ ਨੇ, ਕਨ੍ਹੱਈਆ ਕੁਮਾਰ ਨੂੰ ਕੌਣ ਜਾਣਦਾ ਸੀ, ਕਨ੍ਹੱਈਆ ਕੁਮਾਰ ਨੂੰ ਸੋਸ਼ਲ ਮੀਡੀਆ ਨੇ ਹੀ ਲੋਕਾਂ ਦੇ ਵਿੱਚ ਇੱਕ ਜਿਹੜੀ ਪਛਾਣ ਬਣਾਈ, ਕਿਉਂਕਿ ਉਹਦੇ ਜਿਹੜੇ ਭਾਸ਼ਣ ਨੇ ਉਹਨਾਂ 'ਚੋਂ ਤੁਸੀਂ ਆਪਣੀ ਕੋਈ ਸਾਂਝ ਮਹਿਸੂਸ ਕੀਤੀ, ਅਤੇ ਬੜਾ ਦੂਰ ਦੂਰ ਤੋਂ ਲੋਕਾਂ ਨੇ ਉਹਨੂੰ ਡੋਨੇਸ਼ਨ ਵੀ ਦਿੱਤੀ, ਹੈ ਨਾ। ਜਿਹੜਾ ਸੋਸ਼ਲ ਮੀਡੀਆ ਕਰਕੇ ਲੋਕਾਂ ਦੇ ਵਿੱਚ ਜਾਗਰੂਕਤਾ ਤਾਂ ਆਈ ਆ, ਲੋਕ ਜੁੜੇ ਤਾਂ ਹੈਗੇ ਨੇ, ਨੌਜਵਾਨ ਜੁੜੇ ਨੇ, ਜਿਹੜੀਆਂ ਨੌਜਵਾਨ ਜਥੇਬੰਦੀਆਂ ਬਣੀਆਂ ਨੇ ਉਹਨਾਂ ਨੇ ਇੱਕ ਦੂਜੇ ਨਾਲ ਕੀਤਾ, ਪਰ ਅਜੇ ਵੀ ਜਿਹੜੀ ਪ੍ਰੀ ਮਚਿਓਰ, ਜਿਹਨੂੰ ਕਹਿ ਸਕਦੇ ਪ੍ਰੀ ਮਚਿਓਰ ਜਵਾਨੀ ਆ ਜਿਹੜੀ, ਉਹ ਅਜੇ ਵੀ ਸਿਰਫ ਗਾਇਕਾਂ ਦੇ ਪਿੱਛੇ ਹੀ ਲੜਨ ਨੂੰ ਤਿਆਰ ਹੈ। ਹੁਣ ਤੁਸੀਂ ਆਪਾਂ ਜੇ, ਚਲੋ ਮੈਂ ਗੱਲ, ਆਪਾਂ ਪ੍ਰੋਗਰਾਮ ਵੀ ਥੋੜ੍ਹੇ ਸਮੇਂ ਤੱਕ ਖਤਮ ਕਰਨਾ ਹੀ ਆ, ਪਰ ਇਹ ਵੀ ਗੱਲ ਮੈਂ ਜ਼ਰੂਰ ਲੋਕਾਂ ਦੇ ਸਾਹਮਣੇ ਰੱਖ ਦੇਣਾ ਚਾਹੁੰਦਾ ਕਿ ਤੁਸੀਂ ਆਪਣਾ ਘੱਟੋ ਘੱਟ ਮਿਆਰ ਸਹੀ ਰੱਖੋ ਗੱਲ ਕਰਦੇ ਵੇਲੇ। ਪਿੱਛੇ ਆਪਾਂ ਗੱਲ ਕੀਤੀ ਸੀ ਢੱਡਰੀਆਂ ਵਾਲੇ ਦੀ ਜਾਂ ਦੂਸਰੇ ਮਸਲੇ ਦੀ ਗੱਲ ਕੀਤੀ, ਇਹ ਨਾ ਕਹਿਣ ਲੱਗ ਜਾ ਕਰੋ ਢੱਡਰੀਆਂ ਵਾਲੇ ਨੂੰ ਫਲਾਣਾ, ਬਾਬੇ ਧੁੰਮੇ ਨੂੰ ਫਲਾਣਾ, ਆਪਣਾ ਹਰ ਕਹਿ ਲਓ ਕਿ ਭਗਵੰਤ ਮਾਨ ਦੀ ਫਲਾਣਾ, ਬਾਦਲਾਂ ਦਾ ਫਲਾਣਾ, ਇਹ ਦੱਸ ਕੇ ਤੁਸੀਂ ਆਪਣਾ ਮਿਆਰ ਦੱਸ ਰਹੇ ਜੇ ਕਿ ਤੁਸੀਂ ਕੀ, ਕਿੰਨੀ ਕੁ ਐਜੂਕੇਸ਼ਨ ਤੁਹਾਡੇ ਮਾਂ ਪਿਓ ਨੇ ਤੁਹਾਨੂੰ ਸਿਖਾਈਆਂ ਹੋ ਸਕਦੀਆਂ, ਬਹੁਤ ਕੁਛ ਕਿਹਾ ਜਾ ਸਕਦਾ ਹੈ ਨਾ। ਤਰੀਕੇ ਨਾਲ ਤੁਸੀਂ ਕਿਸੇ ਦਾ ਵਿਰੋਧ ਕਰਦੇ ਜੇ, ਵਿਰੋਧ ਕਰੋ, ਤੁਸੀਂ ਕਿਸੇ ਨੂੰ ਗਾਲਾਂ ਕੱਢਣ ਲੱਗ ਪੈਂਦੇ ਜੇ, ਅਤੇ ਮੈਂ ਸਮਝਦਾ ਕਿ ਇਹ ਤੁਸੀਂ ਆਪਣੇ ਮਾਂ ਪਿਓ ਨੂੰ ਗਾਲਾਂ ਕੱਢ ਰਹੇ ਸੀ ਜਿਨ੍ਹਾਂ ਨੇ ਤੁਹਾਨੂੰ ਪਰਵਰਿਸ਼ ਕੀਤੀ ਤੁਹਾਡੀ, ਨਾ ਤੁਹਾਨੂੰ ਗੁਰਬਾਣੀ ਨੇ ਗਾਲਾਂ ਸਿਖਾਈਆਂ, ਨਾ ਤੁਹਾਨੂੰ ਮਾਂ ਪਿਓ ਨੇ ਗਾਲਾਂ ਸਿਖਾਈਆਂ, ਇਹ ਗਾਲਾਂ ਤੁਸੀਂ ਖੁਦ ਚੂਜ਼ ਕੀਤੀਆਂ, ਕਿਉਂਕਿ ਤੁਹਾਡੇ ਕੋਲ ਕੋਈ ਤਰਕ ਨਹੀਂ ਆ, ਤੁਹਾਡੇ ਕੋਲ ਕੋਈ ਅਧਿਐਨ ਨਹੀਂ ਆ, ਤੁਹਾਡੇ ਕੋਲ ਕੋਈ ਏਕਤਾ ਨਹੀਂ ਆ। ਏਕਤਾ ਹੋਵੇ, ਅਧਿਐਨ ਹੋਵੇ, ਤਰਕ ਹੋਵੇ, ਤੁਸੀਂ ਕਿਤੇ ਵੀ ਜਾ ਕੇ ਕਿਸੇ ਵੀ ਲੀਡਰ ਦੇ ਅੱਗੇ ਖਲੋ ਕੇ ਬੋਲ ਸਕਦੇ ਜੇ। ਉਸ ਵੇਲੇ ਬੋਲਣ ਲੱਗਿਆ, ਆਹਮੋ ਸਾਹਮਣੇ ਬੋਲਣ ਲੱਗਿਆ ਨਹੀਂ ਤੁਹਾਡੇ 'ਚ ਜ਼ਰੂਰਤ ਹੈਗੀ, ਤੁਸੀਂ ਫੇਸਬੁੱਕ 'ਤੇ ਇੱਥੇ ਕਿਸੇ ਨੂੰ ਵੀ ਮਤਲਬ ਟਾਈਪ ਕਰਕੇ ਅਤੇ ਜਾਲੀ ਆਈਡੀਆਂ ਬਣਾ ਕੇ ਤੁਸੀਂ ਇਹ ਕੰਮ ਕਰਦੇ ਜੇ, ਇਹਨੂੰ ਨਿੱਤਰ ਕੇ ਸਾਹਮਣੇ ਆਓ, ਸਾਹਮਣੇ ਆ ਕੇ ਗੱਲਬਾਤ ਕਰੋ, ਔਰ ਇਹੋ ਹੀ ਜਵਾਨੀ ਜੇ ਇਸ ਸਟੈਪ ਵੱਲ ਚੱਲੇਗੀ ਤਾਂ ਫਿਰ ਹੀ ਕਿਸੇ ਬਦਲਾਅ ਦੀ ਆਸ ਹੈ। ਜੇਕਰ ਇਸੇ ਤਰ੍ਹਾਂ ਗਾਇਕਾਂ ਦੇ ਪਿੱਛੇ ਲੜਦੇ ਰਹੇ ਕਿ ਹਾਂ ਜੀ ਮੇਰਾ ਫਲਾਣਾ ਗਾਇਕ ਮੇਰਾ ਫੇਵਰੇਟ ਆ, ਵੀ ਗਾਉਣ ਵਾਲਾ ਕਿਤੇ ਬੈਠਾ ਉਹਦਾ ਰੁਜ਼ਗਾਰ ਹੈ, ਉਹ ਤਾਂ ਗਾ ਹੀ ਰਿਹਾ, ਉਹਨੇ ਤਾਂ 2 ਮਿੰਟ ਦੀ ਵੀਡੀਓ ਪਾਈ ਹੈ ਕਿ ਇੰਝ ਏਸੀ ਕਮਰੇ 'ਚ ਬੈਠੇ ਨੇ ਕਿ ਇਹਨੂੰ ਇੰਝ ਠੋਕ ਦਿਓ ਵੀ ਮੇਰੇ ਜਿਹੜੇ ਫੈਨਾਂ ਨੂੰ ਠੋਕ ਦਿਓ, ਉਹ ਜਾ ਕੇ ਤੁਸੀਂ ਆਪਣੇ ਇੱਕ ਦੂਜੇ ਦੇ ਸਿਰ ਪਾੜ ਲੈਣੇ, ਕਦੀ ਜਦੋਂ ਤੁਹਾਨੂੰ ਹੀ ਅਕਲ ਆਏਗੀ ਤਾਂ ਫਿਰ ਹੀ ਮੈਂ ਕੀ ਕਹਾਂ, ਇਹਦੇ ਸ਼ਰਮ ਵੀ ਆਉਂਦੀ ਹੈ ਔਰ ਹਾਸਾ ਵੀ ਆਉਂਦਾ ਨੌਜਵਾਨੀ 'ਤੇ। ਉਹ ਜਿਹੜੇ ਨੌਜਵਾਨ ਜਿਹੜੇ ਨਾ ਵੱਡੀ ਗਿਣਤੀ ਉਹਨਾਂ ਦੀ ਆ, ਉਹ ਜਿਹੜੇ ਇਸ ਸੜਕ 'ਤੇ ਆ ਜਾਣਗੇ ਨਾ, ਤਾਂ ਮੈਂ ਸਮਝਦਾ ਕਿ ਕੋਈ ਨਹੀਂ ਰੋਕ ਸਕਦਾ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਨਾਲ ਧੱਕਾ ਕਿਤੇ ਨਹੀਂ ਕੋਈ ਹੋ ਸਕਦਾ ਜੀ। ਬਿਲਕੁਲ ਬਿਲਕੁਲ। ਅੱਛਾ ਜੀ, ਕੱਲ੍ਹ ਨਾ ਮੈਂ ਕਵਰ ਕਰਨ ਗਿਆ ਸੀ ਮੋਹਾਲੀ ਦੇ ਵਿੱਚ, ਦੂਰੋਂ ਦੂਰੋਂ ਲੈ ਕੇ ਜਿਹੜੇ ਮੇਨ ਬੰਦੇ ਸੀ ਸਾਰੀਆਂ ਯੂਨੀਅਨਾਂ ਦੇ, ਉਹ ਆਏ ਹੋਏ ਸੀ, ਤਾਂ ਜਦੋਂ ਉਹ ਮੋਹਾਲੀ ਤੋਂ ਚੰਡੀਗੜ੍ਹ ਦੇ ਵਿੱਚ ਐਂਟਰ ਹੋਣ ਲੱਗੇ ਨਾ, ਐਂਟਰੀ 'ਤੇ ਇੱਕ ਬਜ਼ੁਰਗ, ਜਦੋਂ ਪੁਲਿਸ ਨੇ ਉਹਨਾਂ ਨੂੰ ਰੋਕਿਆ ਕਿਉਂਕਿ ਉੱਥੇ
ਉਹ ਬਜ਼ੁਰਗ ਨੂੰ ਦੇਖ ਕੇ ਨਾ ਮਨ ਬੜਾ ਪਿਘਲਿਆ। ਬਜ਼ੁਰਗ ਖੜਾ ਉੱਥੇ ਘੱਟੋ ਘੱਟ ਹੋਣਾ ਤਕਰੀਬਨ 90-92 ਸਾਲ ਦਾ ਜੀ। ਉਹ ਪੁਲਿਸ ਵਾਲੇ ਇੱਕ ਨੌਜਵਾਨ ਮੁੰਡੇ ਨੂੰ ਕਹਿ ਰਿਹਾ, ਕਹਿੰਦਾ ਸ਼ੇਰਾ 75 ਸਾਲ ਦਾ ਸੰਘਰਸ਼ ਹੈ ਅਤੇ 75 ਸਾਲਾਂ 'ਚ ਅਸੀਂ ਇਹੀ ਖੱਟਿਆ ਵੀ ਸਾਡੀ ਕਿਸਾਨੀ ਡੁੱਬ ਰਹੀ ਹੈ। ਹਜੇ ਵੀ ਸਾਡਾ 75 ਸਾਲ ਦੇ ਧੱਕੇ ਹੱਥ ਜੋੜ ਕੇ ਉਹਨੂੰ ਕਹਿੰਦਾ ਤੁਸੀਂ ਨਾ ਸਾਨੂੰ ਰੋਕੋ ਸ਼ੇਰਾ, ਤੁਸੀਂ ਸਾਡੇ ਪੁੱਤਾਂ ਵਰਗੇ ਹੈ, ਤੁਸੀਂ ਵੀ ਇੱਥੇ ਹੀ ਅੰਨਦਾਤਾ ਖਾਧਣ। ਮਤਲਬ ਉਹਨਾਂ ਨੂੰ ਐਂ ਉਹ ਬਜ਼ੁਰਗਾਂ ਦੇ ਜਿਹੜੀਆਂ ਲੱਤਾਂ ਘੜੀਸ ਘੜੀਸ ਕੇ ਅੱਜ ਤੱਕ ਸੰਘਰਸ਼ਾਂ 'ਤੇ ਪਹੁੰਚੇ ਨੇ। ਅੱਜ ਤੱਕ ਸਰਕਾਰਾਂ ਤੋਂ ਬਹੁਤ ਜਿੱਤਾਂ ਵੀ ਪ੍ਰਾਪਤ ਕੀਤੀਆਂ ਉਹਨਾਂ ਨੇ, ਬੜੇ ਮੋਰਚੇ ਲਾਏ, ਸਰਕਾਰਾਂ ਨੂੰ ਪਤਾ ਵੀ ਲਵਾਇਆ, ਬੜਾ ਕੁਛ ਲਵਾਇਆ, ਪਰ ਆਹ ਜਿਹੜੀ ਸਰਕਾਰ ਆਈ ਹੈ ਨਾ, ਇਹਦੀ ਕੰਨ 'ਤੇ ਜੂੰ ਨਹੀਂ ਸਰਕਦੀ। ਪਤਾ ਨਹੀਂ ਕੀ ਇਸ ਸਰਕਾਰ ਨੂੰ ਦਿਖਦਾ, ਪਤਾ ਨਹੀਂ ਕੀ ਇਹ ਕਾਰਪੋਰੇਟ ਘਰਾਣਿਆਂ ਤੋਂ ਇਸ ਸਰਕਾਰ ਨੇ ਲੈਣਾ, ਅਤੇ ਪਤਾ ਨਹੀਂ ਕਿੱਥੋਂ ਇਹ ਨਿਡਰ ਸਰਕਾਰ ਆਈ ਹੈ ਜਿਹੜੀ ਇਹ ਸੰਘਰਸ਼ਾਂ ਨੂੰ, ਚਾਹੇ ਉਹ ਮੁਸਲਿਮ ਵੀਰਾਂ ਦਾ ਸੰਘਰਸ਼ ਹੋਵੇ ਸ਼ਾਹੀਨ ਬਾਗ ਦੇ ਵਿੱਚ, ਕੋਈ ਬੰਦਾ ਪਤਾ ਵੀ ਨਹੀਂ ਲੈਣ ਜਾਵੇ, ਬਹੁਤ ਵੱਡੀ ਤ੍ਰਾਸਦੀ ਹੈ। ਕੋਈ ਬੰਦਾ ਪੁੱਛਣ ਵੀ ਨਾ ਜਾਵੇ, ਕਿੰਨੇ ਕਿੰਨੇ ਥਾਵਾਂ 'ਤੇ ਭੰਨ ਤੋੜ ਹੋ ਗਈ, ਕੋਈ ਬਿਆਨ ਵੀ ਨਾ ਆਵੇ, ਅਤੇ ਜੇ ਬਿਆਨ ਆਵੇ ਤਾਂ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ, ਇਹੋ ਜਿਹੇ ਬਿਆਨ। ਜੀ ਤੁਸੀਂ ਇਹਦੇ ਨਾਲ ਮੈਂ ਗੱਲ ਜੇ ਇੱਧਰ ਨੂੰ ਥੋੜ੍ਹੀ ਜਿਹੀ ਗੱਲ ਚੱਲੀ ਆ, ਆਪਾਂ ਜ਼ਿਆਦਾ ਨਹੀਂ ਜਾਂਦੇ ਕਿਉਂਕਿ ਆਪਣੇ ਵਿਸ਼ੇ ਤੋਂ ਵਾਰੀ ਵਾਰੀ ਹੋ ਜਾਏਗੀ ਗੱਲ, ਪਰ ਛੋਟੀ ਜਿਹੀ ਮੈਂ ਗੱਲ ਇਹਦੇ ਨਾਲ ਕਰ ਦੇਣੀ ਚਾਹੁੰਦਾ ਕਿ ਜਿਹੜਾ ਮੀਡੀਆ ਹੈ ਨਾ, ਉਹਦਾ ਰੋਲ ਜਿਹੜਾ ਐਸ ਇਹਨਾਂ 5-7 ਸਾਲਾਂ ਦੇ ਵਿੱਚ ਜਿਹੜਾ ਹੈ ਨਾ, ਬਹੁਤ ਹੀ ਨੈਗੇਟਿਵ ਰੂਪ ਵਿੱਚ ਸਾਹਮਣੇ ਆਇਆ। ਤੁਸੀਂ ਦੇਖੋ ਜਿਹੜਾ ਸ਼ਾਹੀਨ ਬਾਗ ਦੇ ਵਿੱਚ ਦੀ ਤੁਸੀਂ ਗੱਲ ਕੀਤੀ ਆ, ਤੁਸੀਂ ਜਾਮੀਆ ਮਿਲੀਆ 'ਚ ਜਾਂ ਆਪਣਾ ਨਹਿਰੂ ਯੁਵਕ ਉੱਥੇ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਡਾਂਗਾਂ ਚੱਲੀਆਂ ਨੇ, ਔਰ ਜਿਹੜਾ ਇੱਥੇ RDX ਨਾਲ ਧਮਾਕੇ ਹੋਏ ਨੇ, ਇੱਥੇ ਆਪਣੇ ਜਿਹੜੇ ਫੌਜੀਆਂ ਦੀ ਜਾਨ ਗਈ ਆ, ਉਹਨਾਂ ਦਾ ਕੇਸ ਦੀ ਕਿਸੇ ਚੈਨਲ 'ਤੇ ਕੋਈ ਗੱਲ ਨਹੀਂ ਆ ਕਿ ਉਹਨਾਂ ਦੀ ਇਨਕੁਆਇਰੀ ਹੋਈ, ਕੌਣ ਬੰਦਾ ਗਲਤ ਸੀ, ਕੌਣ ਸਹੀ ਸੀ। ਉੱਥੇ ਚੱਲ ਕੀ ਰਿਹਾ ਸੁਸ਼ਾਂਤ ਦਾ, ਜਾਂ ਰੀਆ ਚੱਕਰਵਰਤੀ ਦਾ, ਕਿ ਫਲਾਣ ਉਹਨੇ ਰਾਤ ਨੂੰ ਉਹ ਸੌਂ ਗਈ ਉੱਥੇ ਜਾ ਕੇ, ਜਾਂ ਉਹਨੇ 2 ਵਜੇ ਸੁੱਤੀ ਆ, 1 ਰੋਟੀ ਖਾਧੀ ਆ, ਚੌਲ ਖਾਧੇ ਸੀਗੇ, ਚਨੇ ਖਾਧੇ ਸੀ, ਇਹ ਗੱਲਾਂ ਹੋ ਰਹੀਆਂ। ਔਰ ਇਹਨੂੰ ਮਸਲਾ ਕੀ ਹੈ ਕਿ ਤੁਸੀਂ ਹਾਸੇ 'ਚ ਲੈ ਜਾਂਦੇ ਜੀ। ਸਭ ਤੋਂ ਜਿਹੜੀ ਸੀਰੀਅਸ ਗੱਲ ਹੈ ਨਾ ਸਾਡਾ, ਇਹ ਹੈ ਕਿ ਜਿਨ੍ਹਾਂ ਚੀਜ਼ਾਂ ਦੇ ਉੱਤੇ ਸਾਨੂੰ ਸੰਜੀਦਾ ਹੋਣਾ ਚਾਹੀਦਾ, ਜਿਨ੍ਹਾਂ ਚੀਜ਼ਾਂ ਉਹਨਾਂ ਨੂੰ ਤੁਸੀਂ ਹਾਸੇ 'ਤੇ ਲੈ ਜਾਂਦੇ ਜੀ। ਬਿਲਕੁਲ, ਤੁਸੀਂ ਉਹ ਚੈਨਲ ਆਪਣੇ ਕਹਿ ਕੇ ਜਿਹੜੇ ਐਸੇ ਚੈਨਲ ਨੇ ਆਪਣੀਆਂ ਡਿਸ਼ਾਂ ਦੇ ਵਿੱਚੋਂ ਕਟਵਾਓ, ਤੁਸੀਂ ਕਹੋ ਕਿ ਇਹ ਚੈਨਲ ਸਾਨੂੰ ਨਹੀਂ ਚਾਹੀਦਾ, ਜਾਂ ਤਾਂ ਡਿਸ਼ ਹੀ ਕਟਵਾ ਰਹੇ ਅਸੀਂ, ਜਾਂ ਸਾਨੂੰ ਆਹ ਚੈਨਲ ਬੰਦ ਕਰ ਦਿਓ। ਪਲੈਟਫਾਰਮ ਨੇ ਫੇਸਬੁੱਕ, ਯੂਟਿਊਬ 'ਤੇ ਉਹਨਾਂ ਨੂੰ ਰਿਪੋਰਟ ਕਰੋ। ਅਸੀਂ ਵੀ ਇੱਕ ਚੈਨਲ ਚਲਾਉਂਦੇ ਹਾਂ ਆਪਣਾ ਜ਼ਿੰਦਾਬਾਦ ਚੈਨਲ 'ਤੇ, ਅਸੀਂ ਮਾਧਿਅਮ ਰਾਹੀਂ ਤੁਹਾਡੇ ਸਾਹਮਣੇ ਖੜ੍ਹੇ ਹਾਂ। ਜ਼ਿੰਦਾਬਾਦ ਚੈਨਲ 'ਤੇ ਹੁੰਦਿਆਂ ਕਿਸਾਨਾਂ ਦੇ ਪੁੱਤਰ ਹੁੰਦਿਆਂ ਪੰਜਾਬ ਦੀ ਰੋਟੀ ਖਾਂਦਿਆਂ, ਅਗਰ ਅਸੀਂ ਵੀ ਨਹੀਂ ਇਹ ਫਰਜ਼ ਨਿਭਾਉਂਦੇ ਵੀ ਅਸੀਂ ਕਿਸਾਨਾਂ ਦੇ ਹੱਕ ਦੇ ਲਈ ਖੜੀਏ, ਸਾਡੇ ਚੈਨਲ ਰਿਪੋਰਟ ਕਰੋ, ਸਾਡੇ ਖਿਲਾਫ਼ ਤੁਸੀਂ ਕੁਛ ਵੀ ਕਰ ਸਕਦੇ ਹੋ, ਪਰ ਇਹ ਮੀਡੀਆ ਦਾ ਫਰਜ਼ ਜ਼ਰੂਰ ਬਣਦਾ। ਜਿਹੜੇ ਤੁਸੀਂ ਉਹਨਾਂ ਦੇ ਚੌਲ ਖਾਧੇ ਕਿ ਨਹੀਂ, ਰੋਟੀ ਖਾਧੀ ਕਿ ਨਹੀਂ, ਜਾਂ ਕਿੱਥੋਂ ਤੱਕ ਪਹੁੰਚੇ, ਜਾਂ ਤੁਸੀਂ ਬੋਲ ਰਹੇ ਹੋ ਤੁਸੀਂ ਜੋ ਖਾਣਾ ਖਾਂਦੇ ਹੋ, ਕਹਿੰਦੇ ਹੁੰਦੇ ਨੂੰ ਜੇ ਤੁਸੀਂ ਅੱਜ ਦਾ ਖਾਣਾ ਖਾ ਲਿਆ ਤਾਂ ਥੈਂਕ ਆ ਫਾਰਮਰ, ਕਹਿੰਦੇ ਹੁੰਦੇ ਵੀ ਸਭ ਕੁਛ ਇੱਕ ਕਿਸਾਨੀ 'ਤੇ ਖੜਾ। ਵੱਡੇ ਨੈਸ਼ਨਲ ਚੈਨਲ ਦੇ ਉੱਤੇ ਕਿਉਂ ਨਹੀਂ ਗੱਲ ਹੋ ਰਹੀ ਸਾਡੇ ਪੰਜਾਬ ਦੇ, ਸਾਡੇ ਪੂਰੇ ਪੰਜਾਬ ਦੇ, ਪੂਰੇ ਭਾਰਤ ਦੇ ਕਿਸਾਨਾਂ ਦੀ, ਜਿਹੜੇ ਹੁਣ ਮਰਨ ਦੇ ਕਿਨਾਰੇ ਆ। ਬਿਲਕੁਲ, ਇਹਦੇ ਨਾਲ ਮੈਂ ਫਿਰ ਉਹ ਗੱਲ ਦੁਹਰਾ ਦੇਣਾ ਚਾਹੁੰਦਾ, ਜਿੱਥੇ ਵੀ ਤੁਸੀਂ ਵਿਰੋਧ ਕਰੋ ਤੁਸੀਂ ਆਪਣੀ ਭਾਸ਼ਾ ਸਹੀ ਰੱਖੋ। ਤੁਸੀਂ ਕਿਸੇ ਕੋਈ ਬੰਦਾ ਤੁਹਾਨੂੰ ਚੰਗਾ ਨਹੀਂ ਲੱਗਦਾ, ਕਿਸ ਦਾ ਬਿਆਨ ਨਹੀਂ ਚੰਗਾ ਲੱਗਦਾ, ਸਹੀ ਭਾਸ਼ਾ ਦੇ ਵਿੱਚ ਵਿਰੋਧ ਕਰੋ, ਕਿਉਂਕਿ ਜੇ ਤੁਸੀਂ ਗਾਲਾਂ ਕੱਢ ਕੇ ਸ਼ੁਰੂ ਕਰਦੇ ਜੇ ਤਾਂ ਤੁਹਾਨੂੰ ਇੱਕ ਟ੍ਰੋਲ ਤੋਂ ਵੱਧ ਤੁਹਾਨੂੂੰ ਕੁਝ ਨਹੀਂ ਸਮਝਿਆ ਜਾਂਦਾ। ਵਿਰੋਧ ਦਾ ਕਦਰ ਅਦਰ, ਤੁਹਾਨੂੰ ਸਮਝਿਆ ਜਾਂਦਾ ਕਿ ਇਹ ਬੰਦੇ ਪੇੜ ਨੇ, ਇਹਨਾਂ ਨੂੰ ਗਾਲਾਂ ਕੱਢਣ ਦੇ ਪੈਸੇ ਮਿਲਦੇ ਨੇ, ਭਾਵੇਂ ਤੁਹਾਡੀ ID ਜੈਨੂਅਨ ਆ, ਭਾਵੇਂ ਤੁਸੀਂ ਸਹੀ ਕੰਮ ਕਰ ਰਹੇ ਆ। ਜੋ ਤੁਸੀਂ ਆਪਣਾ ਗਾਲਾਂ ਵਾਲਾ ਮਿਆਰ ਲੈਣ ਦਾ, ਤੁਹਾਡੀ ਗੱਲ ਨੂੰ ਪਹਿਲੀ ਕੋਈ ਤਾਂ ਪਹਿਲਾਂ ਲੇਡੀਜ਼ ਨਹੀਂ ਤੁਹਾਡੀ ਗੱਲ ਨੂੰ ਪੜਨਗੀਆਂ, ਤੁਸੀਂ ਭਾਵੇਂ ਜਿੱਡੀ ਮਰਜ਼ੀ ਤਰਕ ਨਾਲ ਗੱਲ ਕੀਤੀ ਹੋਵੇ। ਦੂਸਰੀ ਗੱਲ ਇਹ ਹੈ ਕਿ ਤੁਹਾਨੂੰ ਇੱਕ ਨਕਾਰਾ ਅਤੇ ਨਪੁੰਸਕ ਮੈਂ ਕਹਿ ਸਕਦਾ ਕਿ ਐਸੇ ਇਨਸਾਨ ਵਜੋਂ ਤੁਹਾਨੂੰ ਚਿਤਵਿਆ ਜਾਏਗਾ ਲੋਕਾਂ ਦੇ ਵਿੱਚ, ਇਸੇ ਤਰੀਕੇ ਨਾਲ ਤੁਸੀਂ ਪੇਸ਼ ਹੋਵੋਗੇ ਜੇ ਤੁਸੀਂ ਗੰਦ ਵੱਕ ਰਹੇ ਜੇ, ਗਾਲਾਂ ਕੱਢ ਰਹੇ ਜੇ। ਦਲੀਲ ਦੇ ਨਾਲ ਗੱਲ ਕਰਨੀ ਸਿੱਖੋ, ਨਹੀਂ ਆਉਂਦੀ ਗੱਲ ਕਰਨੀ ਤਾਂ ਆਪਣਾ ਪੜ੍ਹਨ ਦੇ ਵੱਲ ਧਿਆਨ ਦਿਓ, ਪੜ੍ਹ ਲਓ, ਨੌਲੇਜ ਲੈ ਲਓ ਕਿਸੇ ਵੀ ਵਿਸ਼ੇ ਦੇ ਉੱਤੇ। ਐਂ ਨਾ ਕਹੋ ਕਿ ਫਲਾਣਾ ਬੰਦਾ ਜੀ ਉਹ ਜੋ ਜੀ ਜੈ ਜੈਕਾਰ ਆ ਜੀ ਉਹਦੇ ਪਿੱਛੇ ਲੱਗ ਰਹੇ ਹਾਂ, ਉਹ ਜਿੰਦਾਬਾਦ ਹੈ ਜੀ, ਉਹ ਜਿੰਦਾਬਾਦ ਹੈ ਜੀ, ਉਹ ਤੁਹਾਨੂੰ ਖੂਚ ਵੀ ਸੁੱਟਦੇ ਤੁਸੀਂ ਤਾਂ ਵੀ ਜਿੰਦਾਬਾਦ ਕਹੀ ਜਾਣਾ। ਜੀ ਬਿਲਕੁਲ। ਸੋ ਇਹਨਾਂ ਚੀਜ਼ਾਂ ਦੇ ਉੱਤੇ ਵਿਅਕਤੀ ਪੂਜਕ ਨਾ ਬਣੋ। ਔਰ ਜੇ ਕਿਸਾਨਾਂ ਦੀ ਆਪਾਂ ਗੱਲ ਚੱਲ ਰਹੀ ਹੈ ਤਾਂ ਕਿਸਾਨਾਂ ਦੇ ਸੰਘਰਸ਼ਾਂ 'ਚ ਵੀ ਚਲੋ, ਮਜ਼ਦੂਰਾਂ ਦੇ ਸੰਘਰਸ਼ਾਂ ਨੂੰ ਵੀ ਆਪਣਾ ਸੰਘਰਸ਼ ਮੰਨੋ। ਇਹ ਨਾ ਹੋਵੇ ਕਿ ਜਦੋਂ ਪਾੜ ਪੈ ਜਾਏ ਤਾਂ ਜਿੱਦਾਂ ਅੱਜ ਮੈਂ ਪਹਿਲਾਂ ਮੈਂ ਗੱਲ ਕੀਤੀ ਕਿ ਕਿਸਾਨ ਮਜ਼ਦੂਰ ਏਕਤਾ ਦੀ, ਹੁਣ ਗੱਲ ਕਰਨ ਲੱਗ ਪਏ ਸਾਰੇ, ਅਤੇ ਜਦੋਂ ਮਜ਼ਦੂਰਾਂ ਦੇ ਨਾਲ ਧੱਕਾ ਹੁੰਦਾ ਉਦੋਂ ਕੋਈ ਤੁਸੀਂ ਗੱਲ ਨਹੀਂ ਕਰਦੇ। ਜਦੋਂ ਲੋਕ ਇੰਨੇ ਤੁਰ ਤੁਰ ਕੇ ਪਿੰਡਾਂ ਨੂੰ ਜਾ ਰਹੇ ਨੇ ਆਪਣੇ ਉੱਥੇ, ਪੈਰ ਉਹਨਾਂ ਦੇ ਪਾੜ ਗਏ ਨੇ, ਉਹਨਾਂ ਦੀ ਕੋਈ ਗੱਲ ਨਹੀਂ ਕਰਦੇ ਤੁਸੀਂ, ਇਹਨਾਂ ਦੀ ਨਿਸ਼ਾਨਦੇਹੀ ਨਹੀਂ ਕਰਦੇ ਕਿ ਜਿਹੜੇ ਲੀਡਰ ਤੁਹਾਡੇ ਜਿੱਤੇ ਹੋਏ ਨੇ ਤੁਹਾਡੇ ਇਲਾਕਿਆਂ 'ਚੋਂ, ਤੁਹਾਡੇ ਇਲਾਕੇ 'ਚ ਗੇੜਾ ਨਹੀਂ ਮਾਰਦੇ। ਉੱਥੇ ਜਾ ਕੇ ਬੰਬੇ ਬੈਠਾ ਆ ਕੋਈ ਬੰਦਾ, ਕੋਈ ਬੰਦਾ ਕੋਈ ਮਹਾਰਾਸ਼ਟਰ ਤੋਂ ਤੁਹਾਨੂੰ ਕੋਈ ਫਿਲਮ ਸਟਾਰ ਇੱਥੇ ਜੀ ਬਣਾ ਦਿੰਦੇ ਆ ਜੇ, ਉਹ ਤੁਸੀਂ ਉਹਨਾਂ ਨੂੰ ਅੰਧ ਭਗਤੀ ਦੇ ਵਿੱਚ ਜਿਤਾ ਦਿੰਦੇ ਹੋ। ਉਹ ਜਾ ਕੇ ਉੱਥੇ ਬੈਠੇ ਨੇ, ਤੁਸੀਂ ਬਸ ਤੁਸੀਂ ਉਹਨਾਂ ਨੂੰ ਸਵਾਲ ਨਹੀਂ ਕਰਦੇ।
ਉਹ ਆਪਣਾ ਜਿਹੜਾ ਸਵਾਲ ਜਵਾਬ ਉਹਨਾਂ ਨਾਲ ਕਰਨ ਤਾਂ ਕਿ ਉਹਨਾਂ ਨੂੰ ਡਰ ਲੱਗੇ ਕਿ ਅਸੀਂ ਜੇ ਝੂਠ ਬੋਲਣਾ। ਹੁਣ ਤਾਂ ਮੀਡੀਆ ਦਾ ਜ਼ਮਾਨਾ, ਹੁਣ ਤਾਂ ਝੂਠ ਕਿੱਥੋਂ ਬੋਲਿਆ ਜਾਂਦਾ, ਹੁਣ ਤਾਂ ਅੱਜ ਕੋਈ ਵੀਡੀਓ ਆਈ ਤਾਂ ਰਿਕਾਰਡ ਹੋ ਜਾਂਦਾ ਸਾਰਾ ਕੁਝ, ਤਾਂ ਦੂਸਰੀ ਗੱਲ ਉਸੇ ਵੇਲੇ ਸਭ ਦੇ ਸਾਹਮਣੇ ਹੋ ਜਾਂਦੀ ਆ। ਪਰ ਬਹੁਤੀਆਂ ਗੱਲਾਂ ਕੀ ਹੁੰਦੀਆਂ ਪਿੰਡਾਂ 'ਚ ਆ ਕੇ, ਜਿਹੜਾ ਜੇ ਕੋਈ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਝੂਠ ਬੋਲਦਾ ਉਹਨੂੰ ਐਕਸਪੋਜ਼ ਕਰੋ, ਬੋਲਣ ਦੀ ਜ਼ਰੂਰਤ ਰੱਖੋ, ਖੜ੍ਹੇ ਹੋਣ ਦੀ ਜ਼ਰੂਰਤ ਰੱਖੋ। ਜੀ ਜੀ, ਸੋ ਦਰਸ਼ਕੋ ਮਤਲਬ ਸਾਡੀ ਫਿਰ ਤੋਂ ਅਪੀਲ ਹੈ ਅਤੇ ਅਸੀਂ ਤੁਹਾਡੇ ਨਾਲ ਇਹ ਵੀ ਵਾਅਦਾ ਕਰਦੇ ਹਾਂ ਕਿ ਜਿਹੜਾ ਖੇਤੀ ਆਰਡੀਨੈਂਸ ਦਾ ਮਾਮਲਾ ਜਾਂ ਐਸੇ ਜੋ ਵੀ ਮਸਲੇ ਹੋਣਗੇ ਸਮਾਜਿਕ, ਤਾਂ ਅਸੀਂ ਬਤੌਰ ਸੱਚੇ ਮੁੱਚੇ ਪੱਤਰਕਾਰ ਹੋਣ ਦੀ ਤੁਹਾਨੂੰ ਐਗਜ਼ਾਮਪਲ ਮਿਸਾਲ ਦਿੰਦੇ ਰਹਾਂਗੇ ਅਤੇ ਅਸੀਂ ਹਰ ਚੀਜ਼ ਉਹ ਖਬਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ, ਇਹੋ ਜਿਹੇ ਸੰਜੀਦਾ ਮੁੱਦੇ ਤੁਹਾਡੇ ਸਾਹਮਣੇ ਡਿਸਕਸ ਕਰਦੇ ਰਹਾਂਗੇ, ਤਾਂ ਕਿ ਜਿਹੜੀਆਂ ਚੀਜ਼ਾਂ ਸ਼ਾਇਦ ਤੁਹਾਨੂੰ ਨਾ ਪਤਾ ਹੋਣ। ਵੈਸੇ ਤੁਸੀਂ ਸਾਰੇ ਸਭ ਸਾਡੇ ਤੋਂ ਸਿਆਣੇ ਹੋ ਤੁਸੀਂ, ਕਿਉਂਕਿ ਉਹਨਾਂ ਚੀਜ਼ਾਂ ਦੇ ਵਿੱਚ ਦੀ ਗੁਜ਼ਰਦੇ ਹੋ, ਹੈ ਨਾ, ਅਸੀਂ ਤਾਂ ਸਿਰਫ ਗੱਲਾਂ ਦੱਸ ਰਹੇ ਹਾਂ ਤੁਹਾਨੂੰ, ਪਰ ਜੋ ਚੀਜ਼ਾਂ ਦੀ ਜਾਣਕਾਰੀ ਤੁਹਾਡੇ ਤੱਕ ਨਹੀਂ ਹੁੰਦੀ ਉਹ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਦੂਸਰਾ ਪੱਖ ਸ਼ੋਅ ਰਾਹੀਂ ਮੈਂ ਅਤੇ ਮੇਰੇ ਵੱਡੇ ਵੀਰ ਗੁਸਤਾਖਜ਼ਹਿਨ ਤੁਹਾਨੂੰ ਦੱਸਦੇ ਰਹੀਏ। ਔਰ ਇਹਦੇ ਨਾਲ ਹੀ ਇਹ ਗੱਲ ਵੀ ਮੈਂ ਜਿਹੜੇ ਵੇਖਣ ਵਾਲੇ ਸੁਣਨ ਵਾਲੇ ਜਿਹੜੇ ਪ੍ਰੋਗਰਾਮ ਨੂੰ ਪਿਆਰ ਕਰਦੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਜੇ ਤੁਹਾਡੇ ਮਨ 'ਚ ਵੀ ਕੋਈ ਵਿਸ਼ਾ ਜਿਹਦੇ 'ਤੇ ਤੁਸੀਂ ਸਮਝਦੇ ਹੋ ਸੰਜੀਦਾ ਗੱਲ ਹੋਣੀ ਚਾਹੀਦੀ ਆ, ਕਿਉਂਕਿ ਇਹ ਜ਼ਬਾਨ ਸਾਡੀ ਹੈ, ਖਿਆਲ ਤੁਹਾਡੇ ਹੀ ਨੇ। ਇਹ ਕਈ ਵਾਰਾਂ ਕੁਝ ਲੋਕ ਹੁੰਦੇ ਨੇ ਉਹਨਾਂ ਕੋਲ ਪੂਰੀ ਗੱਲ ਕਰਨ ਦੀ ਜਿਹੜੀ ਆ ਉਹ ਝਾਕਾ ਹੁੰਦਾ ਉਸ ਕੈਮਰੇ ਦੇ, ਉਹਨਾਂ ਕੋਲ ਪੂਰੇ ਸਾਧਨ ਨਹੀਂ ਹੁੰਦੇ। ਜੇ ਕੁਦਰਤ ਨੇ ਸਾਨੂੰ ਸਾਧਨ ਦਿੱਤੇ ਨੇ ਤਾਂ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਜਿਹੜੇ ਵੀ ਖਿਆਲ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਆਮ ਲੋਕਾਂ ਤੱਕ ਪਹੁੰਚਣੇ ਚਾਹੀਦੇ ਨੇ, ਜਿਹੜਾ ਨਜ਼ਰੀਆ ਜਿਸ ਵਿਸ਼ੇ ਦੇ ਉੱਤੇ ਗੱਲ ਹੋਣੀ ਚਾਹੀਦੀ ਆ ਤੁਸੀਂ ਸਾਡੇ ਨਾਲ ਸਾਂਝਾ ਕਰੋ। ਅਤੇ ਜੇ ਤੁਸੀਂ ਸਾਨੂੰ ਫੇਸਬੁੱਕ ਦੇ ਰਾਹੀਂ ਜ਼ਿੰਦਾਬਾਦ ਚੈਨਲ ਦੇ ਫੇਸਬੁੱਕ ਰਾਹੀਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਜੋ ਵੀ ਤੁਸੀਂ ਚਾਹੁੰਦੇ ਹੋ ਆਪਣੇ ਸੁਝਾਅ ਦੇਣੇ, ਜੋ ਵੀ ਤੁਸੀਂ ਵਿਸ਼ੇ 'ਤੇ ਚਾਹੁੰਦੇ ਹੋ ਵੀ ਅਸੀਂ ਉਸ 'ਤੇ ਚਰਚਾ ਕਰੀਏ, ਜੋ ਵੀ ਲੋਕ ਖੇਤੀ ਆਰਡੀਨੈਂਸ ਮਾਮਲੇ 'ਤੇ ਸਾਡੇ ਨਾਲ ਇੰਟਰਵਿਊ ਕਰਨਾ ਚਾਹੁੰਦੇ ਨੇ ਜਾਂ ਜੋ ਵੀ ਕੋਈ ਨਵਾਂ ਸੁਝਾਅ ਦੇਣਾ ਚਾਹੁੰਦੇ ਨੇ ਜਾਂ ਕੋਈ ਸੰਘਰਸ਼ ਵਿੱਢਿਆ ਅਤੇ ਲੋਕਾਂ ਸਾਹਮਣੇ, ਕਿਉਂਕਿ ਸੰਘਰਸ਼ਾਂ ਨੂੰ ਅਸੀਂ ਕਵਰ ਕਰਾਂਗੇ ਤਾਂ ਵੇਖ ਕੇ ਸਾਰੇ ਸੰਘਰਸ਼ ਹੋਰ ਵਿੱਢੇ ਜਾਂਦੇ ਨੇ, ਉਹ ਤਾਂ ਸਾਨੂੰ ਬੁਲਾਉਣਾ ਚਾਹੁੰਦੇ ਨੇ, ਅਸੀਂ ਹਮੇਸ਼ਾ ਤੁਹਾਡੇ ਲਈ ਹਾਜ਼ਰ ਹਾਂ। ਅਤੇ ਸਾਨੂੰ, ਮੈਨੂੰ ਗੁਰਪਾਲ ਸਿੰਘ ਬਰਾੜ ਨੂੰ ਅਤੇ ਮੇਰੇ ਸਾਥੀ ਗੁਸਤਾਖ ਜ਼ਹਿਨ ਨੂੰ ਦਿਓ ਇਜਾਜ਼ਤ, ਦੇਖਦੇ ਰਹੋ ਜ਼ਿੰਦਾਬਾਦ ਚੈਨਲ, ਜਲਦੀ ਦੁਬਾਰਾ ਮਿਲਾਂਗੇ। ਧੰਨਵਾਦ। ਧੰਨਵਾਦ।